संत जना मिल हर जस गायो, कोट जन्म के दुख गवायो, जो चाहत सोई मन पायो, कर कृपा हर नाम पायो, सजग सुख हर नाम बढ़ाई, गुरु प्रसाद ननद मत पाई, सजग सुख हर ज्वाइन करने ਲਈ ਬਹੁਤ ਬਹੁਤ ਧੰਨਵਾਦ ਜਿੱਦਾਂ ਅਸੀਂ ਅਨਾਉਂਸ ਕੀਤਾ ਅੱਜ ਦਾ ਟੌਪਿਕ ਬੜਾ ਇੰਪੋਰਟੈਂਟ ਹੈ ਔਰ ਇਸ ਟੌਪਿਕ ਦੀ ਬੜੀ ਦੇਰ ਤੋਂ ਰਿਕੁਐਸਟ ਸੀਗੀ ਤੇ ਇਹ ਵੀ ਰਿਕੁਐਸਟ ਆਈ ਸੀ ਕਿ ਸਪੈਸੀਫਿਕਲੀ ਜੀ ਵੀਰ ਜੀ ਨੂੰ ਕਹਿਣਾ ਵੀਰ ਭੁਪਿੰਦਰ ਸਿੰਘ ਹੋਰਾਂ ਨੂੰ ਸੋ ਇੰਡੀਆ ਦੇ ਟੂਰ ਤੇ ਸੀ ਅਸੀਂ ਇਸ ਕਰਕੇ ਥੋੜਾ ਜਿਹਾ ਇਹ ਉਹਨਾਂ ਸਾਰਿਆਂ ਨੂੰ ਕਿਹਾ ਬਈ ਤੁਸੀਂ ਰੁਕ ਜਾਓ ਆਉਣਗੇ ਤਾਂ ਫਿਰ ਕਰਾਂਗੇ ਇਹ ਬੜਾ ਇੰਪੋਰਟੈਂਟ ਟੌਪਿਕ ਹੈ ਜਿਹੜੇ ਸਾਡੇ ਆਮ ਜ਼ਿੰਦਗੀ ਵਿੱਚ ਵਰਤ ਰਿਹਾ ਸਾਡੀ ਕਮਿਊਨਿਟੀ ਚ ਵਰਤ ਰਿਹਾ ਅਣਖ ਤੇ ਨਿਮਰਤਾ ਕਿਹੜੀ ਥਾਂ ਤੇ ਅਣਖ ਜਿਹੜੀ ਹੈ ਉਹ ਕਿਸ ਹੋਰ ਪਾਸੇ ਨੂੰ ਟਰਨ ਲੈ ਜਾਂਦੀ ਹੈ ਤੇ ਨਿਮਰਤਾ ਵੀ ਕਿਸ ਹੱਦ ਤੱਕ ਜਾਣੀ ਹੈ ਕਿ ਕੋਈ ਐਕਸਪਲੋਇਟ ਨਾ ਕਰ ਸਕੇ ਕਿਸ ਥਾਂ ਤੇ ਗੁੱਸਾ ਆ ਜਾਣਾ ਕਿਸ ਥਾਂ ਤੇ ਗੁੱਸਾ ਨਹੀਂ ਕਰਨਾ ਇਹ ਸਾਰੇ ਬੜੇ 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 ਫਾਈਨ ਥਰੈਡਸ ਹੈਗੇ ਆ ਸੋ ਵੀਰ ਭੁਪਿੰਦਰ ਸਿੰਘ ਜੀ ਨੂੰ ਤੁਸੀਂ ਸਾਰੇ ਜਣੇ ਜਾਣਦੇ ਹੋ ਹੀ ਨੀਡਸ ਨੋ ਇੰਟਰੋਡਕਸ਼ਨ ਆਈ ਥਿੰਕ ਐਵਰੀ ਵਨ ਆਫ ਅਸ ਨੋਜ਼ ਹਿਮ ਸੋ ਪਲੀਜ਼ ਵੈਲਕਮ ਹੈ ਜੀ ਵੀਰ ਜੀ ਐਂਡ ਤੁਸੀਂ ਟੇਕ ਓਵਰ ਕਰੋ ਸਾਰੇ ਜਣੇ ਪਲੀਜ਼ ਮਿਊਟ ਕਰ ਲਓ ਆਪਣੇ ਆਪ ਨੂੰ ਤਾਂ ਕਿ ਅਸੀਂ ਉਹਨਾਂ ਦੀ ਸਾਰੀ ਗੱਲ ਨੂੰ ਵਧੀਆ ਤਰੀਕੇ ਨਾਲ ਸੁਣ ਸਕੀਏ ਪਲੀਜ਼ ਹਾਂਜੀ ਵੀਰ ਜੀ ਵੈਲਕਮ ਐਂਡ ਜੀ ਤੁਸੀਂ ਸ਼ੁਰੂ ਕਰੋ ਜੀ जी मान्योग डॉक्टर जगजीत सिंह जी आप जी और आप जी की सारी टीम और जिहड़ा तुसी ये अपने इस प्लेटफॉर्म ते मैनू सांझ करन दा चांस दिंदे हो सारयां दा बहुत बहुत धन्यवाद सारी संगत नू वाहगुरु जी का खालसा वाहगुरु जी की फतेह जी होर परिवारां तों भी जो सज्जन आए ने उहनां नू नमस्कार अस्सलाम अलैकुम गुड मॉर्निंग गुड ईवनिंग ਸਾਰਿਆਂ ਦੇ ਨਾਲ ਸਾਂਝ ਕਰਨ ਵੇਲੇ ਜੋ ਤੁਸੀਂ ਮੈਨੂੰ ਅੱਜ ਦਾ ਟੌਪਿਕ ਦਿੱਤਾ ਹੈ ਇਹ ਟੌਪਿਕ ਆਪਣੇ ਆਪ ਵਿੱਚ ਬੜਾ ਇੰਟਰਸਟਿੰਗ ਹੈ ਲੇਕਿਨ ਜਿਸ ਭਾਵ ਵਿੱਚ ਤੁਹਾਨੂੰ ਸਭ ਨੇ ਕਿਹਾ ਕਿ ਵੀਰ ਭੁਪਿੰਦਰ ਸਿੰਘ ਜੀ ਕਰਨ ਮੈਂ ਉਸਨੂੰ ਪਤਾ ਨਹੀਂ ਫੁਲਫਿਲ ਕਰ ਸਕਾਂ ਜਾਂ ਨਾ ਕਰ ਸਕਾਂ ਲੇਕਿਨ ਮੈਂ ਆਪਣੇ ਵੱਲੋਂ ਨਹੀਂ ਮਾੜਾ ਜਿਹਾ ਯਤਨ ਕਰਨਾ ਸੋ ਡਾਕਟਰ ਸਾਹਿਬ ਅੱਜ ਦਾ ਟੌਪਿਕ ਤੁਸੀਂ ਰੱਖਿਆ ਨਮਰਤਾ ਤੇ ਅਣਖ ਤੇ ਮੈਂ ਇਹ ਚਾਹਾਂਗਾ ਕਿ ਇਹ ਲਫ਼ਜ਼ ਜਦੋਂ ਅਸੀਂ ਆਪਣਾ ਗੁਰਬਾਣੀ ਚੋਂ ਇਸ ਲਫ਼ਜ਼ ਦੇ ਬਾਰੇ ਇਸ ਚੰਗੇ ਗੁਣ ਦੀ ਹੈ ਕੁਆਲਿਟੀ ਬਾਰੇ ਜਦੋਂ ਅਸੀਂ ਕੁਛ ਸਿੱਖਣਾ ਹੈ ਤਾਂ ਪਹਿਲਾਂ ਸਾਨੂੰ ਫਿਰ ਬਾਣੀ ਦੀ ਜਿਹੜੀ ਬਣਤਰ ਦਾ ਢੰਗ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੋਡਾਵਾਦ ਸਪੀਕਿੰਗ ਇਨ ਵਰਨੈਕੂਲਰ ਜਿਹਦੇ 'ਚ ਮੈਟਾਫਰਸ ਯੂਜ ਕੀਤੇ ਜਾਂਦੇ ਨੇ ਜਿਹਦੇ 'ਚ ਬਾਹਰਲੇ ਜਾਂ ਪ੍ਰਚਲਿਤ ਦੁਨੀਆਂ ਦੇ ਅੱਖਰਾਂ ਦੇ ਔਰ ਹਿਸਟੋਰੀਕਲ ਨੇਮਸ ਜਾਂ ਬਾਹਰਲੀ ਸ੍ਰਿਸ਼ਟੀ ਦਾ ਕੁਛ ਜੀਵ ਜੰਤ ਜਾਂ ਪੇੜ ਪੌਦੇ ਇਸ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਦੇ ਨਾਂ ਲਏ ਜਾਂਦੇ ਨੇ ਪਰ ਮੈਸੇਜ ਮੈਨਕਾਈਂਡ ਨੂੰ ਹੁੰਦਾ ਹੈ ਮਨੁੱਖ ਨੂੰ ਮਨੁੱਖਤਾ ਭਰਪੂਰ ਜੀਵਨ ਜੀਣ ਵਾਸਤੇ ਉਸਨੂੰ ਜਿਹੜਾ ਉਹਦਾ ਅਵਤਰਣ ਹੋ ਗਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਜਿਹੜਾ ਲੱਗਦਾ ਹੈ ਉਸਨੂੰ ਮਨੁੱਖਤਾ ਭਰਪੂਰ ਜੀਵਨ ਸਿਖਾਉਣ ਵਾਸਤੇ ਜੋ ਬਾਣੀ ਦੇ ਅੰਦਰ ਬਣਤਰ ਦਾ ਢੰਗ ਹੈ ਅਸੀਂ ਉਸਨੂੰ ਕਹਿੰਦੇ ਹਾਂ ਪ੍ਰੋਡਾਵਾਦ ਤੇ ਪ੍ਰੋਡਾਵਾਦ ਦੇ ਇਹਨਾਂ ਲਫ਼ਜ਼ਾਂ ਨੂੰ ਸਮਝਣ ਵਾਸਤੇ ਅਸੀਂ ਪਹਿਲੀ ਗੱਲ ਜਪਜੀ ਸਾਹਿਬ ਵਿੱਚ ਸੁਣੀ ਕਿ ਇਹ ਸਿਰਫ ਅਖਾਣ ਹੀ ਹੈ ਇੱਕ ਲੇਬਲ ਕਰਨ ਦਾ ਢੰਗ ਹੈ ਕਿ ਇੱਕ ਫਿਲੋਸਫੀ ਮੰਨੀ ਜਾਂਦੀ ਹੈ ਕਿ ਪਾਪ ਔਰ ਪੁੰਨ ਤੇ ਜਪਜੀ ਸਾਹਿਬ ਵਿੱਚ ਅਸੀਂ ਜਦੋਂ ਵਿਚਾਰ ਸਾਂਝ ਕੀਤੀ ਸੀ ਤਾਂ ਅਸੀਂ ਸਮਝਿਆ ਸੀ ਵੀ ਪੁੰਨੀ ਪਾਪੀ ਆਖਣ ਨਾ ਹੈ ਇਹ ਲੇਬਲ ਕਰਨ ਵਾਲੇ ਕੋਈ ਥਿਊਰੀ ਨਹੀਂ ਹੈ
ਕਿ ਕਿਸੇ ਨੂੰ ਇਹ ਲੇਬਲ ਕਰ ਦਿੱਤਾ ਵੀ ਇਹ ਡੂਜ਼ ਡੋਂਟਸ ਕਰੋ ਤਾਂ ਇੰਝ ਪਾਪ ਹੁੰਦਾ ਹੈ ਅਤੇ ਇੰਝ ਪੁੰਨ ਹੁੰਦਾ ਹੈ ਅਤੇ ਇੰਝ ਪਾਪ ਕਰੋਗੇ ਤਾਂ ਨਰਕਾਂ ਨੂੰ ਜਾਓਗੇ, ਪੁੰਨ ਕਰੋਗੇ ਤਾਂ ਸੁਰਗਾਂ ਨੂੰ ਜਾਓਗੇ, ਇਸ ਕਿਸਮ ਦੀ। ਗੁਰੂ ਸਾਹਿਬ ਕਹਿੰਦੇ ਨੇ ਇਹ ਜਦੋਂ ਇਹ ਸ੍ਰਿਸ਼ਟੀ ਨਹੀਂ ਬਣੀ ਸੀ ਤਾਂ ਪਾਪ ਪੁੰਨ ਤਾਂ ਭਈ ਕਹਾਵਤ ਸੀ। ਇਹਦਾ ਮਤਲਬ ਇਹ ਕਹਾਵਤ ਬਣੀ ਜਦੋਂ ਸ੍ਰਿਸ਼ਟੀ ਬਣੀ, ਮਨੁੱਖ ਨੇ ਆਪਣੇ ਹਿਸਾਬ ਨਾਲ ਹੀ ਕਿ ਅਖਾਣ ਬਣਾ ਲਿਆ, ਆਪਣਾ ਇੱਕ ਸਿਸਟਮ ਬਣਾ ਲਿਆ ਲੇਬਲ ਕਰਨ ਦਾ। ਪਾਪ ਹੁਣ ਤਾਂ ਪਈ ਕਹਾਵਤ, ਕੋ ਨਰਕੋ ਸੁਰਬਨ ਛਾਵਤ, ਕੋਈ ਸਵਰਗ ਪਸੰਦ ਕਰਨ ਲੱਗ ਪਿਆ ਤੇ ਕੋਈ ਨਰਕ ਤੋਂ ਡਰਨ ਲੱਗ ਪਿਆ। ਤਾਂ ਹੀ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਸੁਰਗ ਵਾਸਨਾ ਵਾਸੀ ਡਰੀਆ ਨਾ ਨਰਕ ਨਿਵਾਸ ਹੋਣਾ ਸੋਈ ਗੋ ਮਨੈ ਨਾ ਕੀਚੈ ਆਸ, ਤਾਂ ਇਹ ਜਿਹੜੇ ਗੁਰਬਾਣੀ ਦੇ ਇਸ ਕਿਸਮ ਦੇ ਢੰਗ ਹੁੰਦੇ ਨੇ ਗੱਲ ਕਰਨ ਦੇ, ਵਿਚਾਰ ਕਰਕੇ ਮਨੁੱਖ ਨੂੰ ਟੁੰਬਣ ਦੇ, ਉਹਨੂੰ ਜਗਾਉਣ ਦੇ, ਉਹ ਪ੍ਰੈਜੈਂਟ ਇਸ ਜੀਵਨ ਵਿੱਚ ਮਨੁੱਖਤਾ ਭਰਪੂਰ ਜੀਵਨ ਜੀਣ ਵਾਸਤੇ ਦੱਸੇ ਜਾਂਦੇ ਨੇ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਜਬ ਆਕਾਰ ਇੱਕ ਅੱਛ ਨਾ ਦ੍ਰਿਸ਼ਟੇ ਤਾ ਪਾਪ ਪੁੰਨ ਤਬ ਕਹਿਤੇ ਹੋਤਾ, ਇਹਦਾ ਮਤਲਬ ਇਹ ਪਾਪ ਪੁੰਨ ਕੋਈ ਮਨੁੱਖ ਨੇ ਆਪ ਹੀ ਬਣਾ ਲੈਣਾ। ਇਹ ਮੈਂ ਗੱਲ ਇਸ ਇਤਨੀ ਇਸ ਕਰਕੇ ਸਾਂਝ ਕੀਤੀ ਹੈ ਕਿ ਟੂਡੇ ਫਸਟ ਆਫ ਆਲ ਵੀ ਹੈਵ ਟੂ ਅੰਡਰਸਟੈਂਡ ਕਿ ਪਰੌਡਾਵਾਦ ਦਾ ਢੰਗ ਜਿਹੜਾ ਬਾਣੀ 'ਚ ਵਰਤਿਆ ਗਿਆ ਜਿਹਦੇ 'ਚ ਵਰਨੈਕੂਲਰ ਔਰ ਮੈਟਾਫਰਸ ਔਰ ਬਾਹਰਲੇ ਦ੍ਰਿਸ਼ਟਾਂਤ ਦਿੱਤੇ ਜਾਂਦੇ ਨੇ, ਉਹਦੇ 'ਚੋਂ ਸਾਨੂੰ ਤੇ ਉਹਦੇ ਪਿੱਛੇ ਜਿਹੜਾ ਹਿਡਨ ਮੈਸੇਜ ਹੈ ਉਹ ਸਮਝਣਾ ਨਾ ਮਨੁੱਖ ਵਾਸਤੇ। ਤੇ ਇਹਦਾ ਮਤਲਬ ਅੱਜ ਅਸੀਂ ਗੱਲ ਕਰਾਂਗੇ ਬਾਣੀ 'ਚੋਂ ਮੇਰੇ ਅੰਦਰ ਦੇ ਬਾਰੇ ਕੋਈ ਗੱਲ ਸਿਖਾਈ ਜਾ ਰਹੀ ਹੈ ਜਿਹਨੂੰ ਸਿੱਖ ਕੇ ਮੈਂ ਫਿਰ ਆਪਣੇ ਸਮਾਜ 'ਚ ਵਰਤਣਾ, ਉਹਦੇ ਵਾਸਤੇ ਮੇਰੇ ਵਾਸਤੇ ਪਹਿਲੀ ਸ਼ਰਤ ਰੱਖੀ ਗਈ ਹੈ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਨਹੀਂ ਸਭ ਜਗ ਤੇਰਾ ਹੋਏ, ਮੈਨੂੰ ਸਿਖਾਇਆ ਮਨ ਜੀਤਿਆ ਜਗ ਜੀਤ। ਇਹਦਾ ਮਤਲਬ ਕੋਈ ਮੇਰੀ ਪਹਿਲਾਂ ਅੰਦਰ ਦੀ ਸ੍ਰਿਸ਼ਟੀ ਠੀਕ ਕੀਤੀ ਜਾਏਗੀ। ਤਾਂ ਜਿਹੜਾ ਪਾਪ ਪੁੰਨ ਵਾਲਾ ਲਫ਼ਜ਼ ਮੈਂ ਵਰਤਿਆ ਉਹਦਾ ਮਤਲਬ ਸਾਫ਼ ਸਾਫ਼ ਨਿਕਲ ਕੇ ਆਇਆ ਕਿ ਇਹ ਪਾਪ ਪੁੰਨ ਕੋਈ ਸ੍ਰਿਸ਼ਟੀ ਸੱਜਣ ਤੋਂ ਬਾਅਦ ਜਾਂ ਮੇਰੇ ਅੰਦਰ ਦੀ ਕੋਈ ਸ੍ਰਿਸ਼ਟੀ ਹੈ ਜਿਹਦੇ ਕਾਰਨ ਮੈਂ ਆਪਣਾ ਕੋਈ ਅਸੀਂ ਥਿਊਰੀ ਰਚੀ ਆ ਔਰ ਆਪਣੇ ਅੰਦਰ ਦੀ ਕੋਈ ਸ੍ਰਿਸ਼ਟੀ ਬਣਾਈ ਹੈ। ਸੋ ਸਵਾਲ ਉੱਠੇਗਾ ਇਨਰ ਸ੍ਰਿਸ਼ਟੀ ਜਾਂ ਆਊਟਰ ਸ੍ਰਿਸ਼ਟੀ। ਜਦੋਂ ਅਸੀਂ ਬਾਣੀ ਚੋਂ ਪੜ੍ਹਦੇ ਹਾਂ ਕਾਇਆ ਅੰਦਰ ਪਾਪ ਪੁੰਨ ਦੋਏ ਪਾਈ, ਕਾਇਆ ਮਤਲਬ ਮੇਰਾ ਸੋਚਣੀ ਦਾ ਢੰਗ, ਮੇਰੇ ਮਨ ਦੇ ਆਪਣੇ ਅੰਦਰ ਦਾ ਸੋਚਣ ਦਾ ਢੰਗ, ਕਾਇਆ ਅੰਦਰ ਪਾਪ ਪੁੰਨ ਦੋਏ ਪਾਈ, ਦੋਹੀ ਮਿਲ ਕੇ ਸ੍ਰਿਸ਼ਟੀ ਪਾਈ। ਇਹ ਕਿਹੜੀ ਸ੍ਰਿਸ਼ਟੀ ਹੈ ਜਿਹਦੇ ਵਿੱਚ ਪਾਪ ਔਰ ਪੁੰਨ ਮੇਰੇ ਮਨ ਦੇ ਖਿਆਲਾਂ ਦੇ ਕੋਈ ਸ੍ਰਿਸ਼ਟੀ ਸਾਜੀ ਗਈ? ਤਾਂ ਇਹ ਬਾਹਰਲੀ ਸ੍ਰਿਸ਼ਟੀ ਦੀ ਤੇ ਗੱਲ ਨਹੀਂ ਚੱਲ ਰਹੀ। ਕਿਉਂ ਡਾਕਟਰ ਸਾਹਿਬ, ਅਸੀਂ ਜਿਸ ਪਰੌਡਾਵਾਦ ਦੇ ਢੰਗ ਨੂੰ ਲੈ ਕੇ ਅਸੀਂ ਅੱਗੇ ਟੁਰਨਾ ਹੈ, ਉਹ ਸ੍ਰਿਸ਼ਟੀ ਕਿਹੜੀ ਹੈ ਅੰਦਰ ਦੀ? ਜਦੋਂ ਅਸੀਂ ਪਾਣੀ ਚ ਅਸੀਂ ਅੰਦਰ ਦੀ ਹੈ ਪਾਪ ਪੁੰਨ ਪਾਈ ਦੋਹੇ ਮਿਲ ਕੇ ਸ੍ਰਿਸ਼ਟੀ ਪਾਈ, ਇਹ ਤਾਂ ਮੇਰੇ ਅੰਦਰ ਦੀ ਹੈ। ਅੱਛਾ ਜੇ ਮੇਰੇ ਅੰਦਰ ਦੀ ਹੈ ਇਹਦਾ ਮਤਲਬ ਉਹ ਸ੍ਰਿਸ਼ਟੀ ਠੀਕ ਨਹੀਂ ਹੈ ਤਾਂ ਕਰਕੇ ਮੈਂ ਦੁਖੀ ਹਾਂ। ਜਦੋਂ ਮੈਂ ਪੜਿਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਤਾਂ ਸਾਨੂੰ ਆਪਣੇ ਆਪ ਵਿੱਚ ਵਿਚਾਰਨਾ ਪਏਗਾ ਜੇ ਬਾਹਰਲੀ ਸ੍ਰਿਸ਼ਟੀ ਦੀ ਗੱਲ ਹੋਵੇ ਔਰ ਫਿਰ ਅਸੀਂ ਇਹ ਮੰਨਦੇ ਰਹੀਏ ਕਿ ਬਾਹਰਲੀ ਸ੍ਰਿਸ਼ਟੀ ਰੱਬ ਜੀ ਨੇ ਬਣਾਈ ਹੈ, ਤਾਂ ਰੱਬ ਜੀ ਸ੍ਰਿਸ਼ਟੀ ਦੇ ਰਚਨਹਾਰ ਨੇ ਤੇ ਕੀ ਰੱਬ ਜੀ ਦੁਖੀ ਨੇ? ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਉਹ ਰਾਜਾ ਕੌਣ ਹੈ? ਤੇ ਸ੍ਰਿਸ਼ਟੀ ਕਿਹੜੀ ਹੈ? ਸ੍ਰਿਸ਼ਟੀ ਅੰਦਰ ਦੀ ਹੈ। ਤੇ ਜੇ ਅਸੀਂ ਬਾਹਰ ਵਾਲਾ ਗਿਣਾਂਗੇ, ਜੇ ਸਮਝਾਂਗੇ ਕਿ ਸਾਰੀ ਸ੍ਰਿਸ਼ਟੀ ਦਾ ਰਚਨਾ ਰੱਬ ਜੀ ਦੁਖੀ ਨੇ, ਤਾਂ ਫਿਰ ਅਸੀਂ ਉਹਨਾਂ ਨੂੰ ਕਹਿਣਾ ਵੀ ਹਰ ਕਾ ਨਾਮ ਜਪੋ ਤੋ ਸੁਖੀ ਆ, ਵੀ ਤੁਸੀਂ ਸੁਖੀ ਹੋ ਜਾਓਗੇ, ਆਪਣਾ ਨਾਮ ਜਪ ਲਓ। ਇਹਦਾ ਮਤਲਬ ਇਹ ਜਿਹੜਾ ਬਾਣੀ ਦਾ ਢੰਗ ਹੈ, ਇਹ ਢੰਗ ਸਾਨੂੰ ਇੰਸਟੀਗੇਟ ਕਰਦਾ, ਸਾਨੂੰ ਇੰਸਪਾਇਰ ਕਰਦਾ, ਸਾਡੀ ਸੁਰਤ ਨੂੰ ਘੁਮਾ ਕੇ ਅੰਦਰ ਵਾਲੀ ਸ੍ਰਿਸ਼ਟੀ ਵੱਲ ਲੈ ਕੇ ਅੰਦਰ ਆਪਣੇ ਬਾਰੇ ਸਮਝਦੇ ਹਾਂ ਕਿ ਮੇਰਾ ਰਾਜਾ ਮਨ ਹੈ ਔਰ ਉਹ ਆਪਣੀ ਇੱਕ ਸ੍ਰਿਸ਼ਟੀ ਬਣਾਉਂਦਾ ਹੈ। ਕਾਇ ਅੰਦਰ ਪਾਪ ਪੁੰਨ ਦੋਏ ਪਾਈ, ਦੋਹੀ ਮਿਲ ਕੇ ਸ੍ਰਿਸ਼ਟ ਪਾਈ। ਤੁਸੀਂ ਡਾਕਟਰ ਸਾਹਿਬ ਹੈਰਾਨ ਹੋਵੋਗੇ ਕਿ ਗੱਲ ਅਸੀਂ ਸਿੱਖਣੀ ਹੈ ਨਮਰਤਾ ਔਰ ਅਣਖ ਦੀ,
ਤੇ ਗੱਲ ਮੈਂ ਪਾਪ ਪੁੰਨ ਦੀ ਸ਼ੁਰੂ ਕਰ ਲਈ ਹੈ। ਦਰਅਸਲ ਮੈਂ ਪਾਪ ਪੁੰਨ ਦੀ ਗੱਲ ਇਸ ਕਰਕੇ ਸ਼ੁਰੂ ਕੀਤੀ ਹੈ ਕਿ ਅਸੀਂ ਬਾਣੀ ਦਾ ਇੱਕ ਢੰਗ ਲੱਭ ਰਹੇ ਹਾਂ, ਉਹ ਢੰਗ ਲੱਭ ਰਹੇ ਹਾਂ ਤਾਂ ਕਿ ਉਸ ਢੰਗ ਦੇ ਨਾਲ ਡਾਇਗਨੋਸ ਹੋਵੇ ਕਿ ਮੇਰੀ ਕਿਹੜੀ ਨਮਰਤਾ ਔਰ ਕਿਹੜੀ ਅਣਖ ਦੀ ਗੱਲ ਕੀਤੀ ਗਈ ਹੈ। ਜੇ ਮੇਰੀ ਅੰਦਰਲੀ ਸ੍ਰਿਸ਼ਟੀ ਦੀ ਗੱਲ ਕੀਤੀ ਗਈ ਹੈ ਤਾਂ ਮੇਰੇ ਮਨ ਨੇ ਕੋਈ ਸ੍ਰਿਸ਼ਟੀ ਰਚੀ ਹੋਈ ਹੈ ਜਿਹਨੂੰ ਕਹਿੰਦੇ ਨੇ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਇਹ ਬਾਹਰਲੇ ਸੰਸਾਰ ਨੂੰ ਤੇ ਕੂੜ ਨਹੀਂ ਕਹਿ ਰਹੇ ਨੇ, ਬਾਹਰਲੇ ਸੰਸਾਰ ਨੂੰ ਤੇ ਜਿਹੜੇ ਰਿਨਾਊਂਸਿੰਗ ਕਰਨ ਵਾਲੇ ਸੋ ਕਾਰਡ ਸੰਤ ਬਾਬੇ ਆ, ਜਿਹੜੇ ਬ੍ਰਹਮਚਾਰੀ ਸਨ, ਅਖੌਤੀ ਆਪਣੇ ਆਪ ਨੂੰ ਇਸ ਦੁਨੀਆਂ ਨੂੰ ਰਿਨਾਊਂਸ ਕਰਕੇ ਪੱਕੜ ਬਣ ਕੇ ਤਿਆਗ ਕੇ ਚਲੇ ਜਾਂਦੇ ਸੀ, ਉਹ ਕਹਿੰਦੇ ਸਨ ਕਿ ਇਹ ਕੂੜ ਸੰਸਾਰ ਹੈ। ਗੁਰਬਾਣੀ ਤੇ ਸਾਨੂੰ ਗ੍ਰਸਤੀ ਜੀਵਨ ਸਿਖਾਉਂਦੀ ਹੈ ਔਰ ਇਸ ਸਮਾਜ ਵਿੱਚ ਰਹਿਣਾ ਸਿਖਾਉਂਦੀ ਹੈ, ਪਰ ਮੇਰਾ ਸਮਾਜ ਤਾਂ ਠੀਕ ਹੋਏਗਾ ਜੇ ਮੈਂ ਠੀਕ ਹੋਵਾਂ। ਮੈਂ ਆਪਣੇ ਸਮਾਜ ਵਿੱਚ ਸੋਚ ਰਿਹਾ ਬਾਕੀ ਸਾਰੇ ਠੀਕ ਹੋ ਜਾਣ, ਮੈਨੂੰ ਠੀਕ ਹੋਣ ਦੀ ਲੋੜ ਨਹੀਂ ਹੈ। ਇਹਦਾ ਮਤਲਬ ਮੇਰੇ ਅੰਦਰ ਬਾਰੇ ਕੋਈ ਗੱਲ ਚਾਲੂ ਹੋਏਗੀ ਔਰ ਉਹ ਗੱਲ ਮੇਰੇ ਅੰਦਰ ਦੇ ਰਾਜੇ ਦੀ ਸ਼ੁਰੂ ਹੋਏਗੀ, ਔਰ ਮੇਰੇ ਅੰਦਰ ਦੇ ਰਾਜੇ ਨੂੰ ਨਮਰਤਾ ਕਿਵੇਂ ਸਿੱਖਣੀ ਹੈ ਔਰ ਮੇਰੇ ਅੰਦਰ ਦੇ ਰਾਜੇ ਦੀ ਅਣਖ ਕੀ ਹੁੰਦੀ ਹੈ, ਇਹਦੇ ਬਾਰੇ ਵਿਚਾਰ ਕਰਨੀ ਪਏਗੀ ਸਾਨੂੰ। ਤਾਂ ਫਿਰ ਸਾਫ਼ ਪਤਾ ਲੱਗਦਾ ਹੈ ਕਿ ਜਿਹੜਾ ਰਾਜਾ ਦੁਖੀ ਹੈ ਉਹ ਮੇਰਾ ਮਨ ਹੈ, ਜਿਹਨੇ ਆਪਣੀ ਸ੍ਰਿਸ਼ਟੀ ਸਾਜੀ ਹੋਈ ਹੈ, ਔਰ ਇੱਕ ਇਹਨੇ ਆਪਣਾ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਆਪਣੇ ਅੰਦਰ ਦੇ ਸਾਰੇ ਖਿਆਲ ਕੂੜੇ ਬਣਾਏ ਹੋਏ ਨੇ ਜਿਹਦੇ ਕਾਰਨ ਹੈ ਦੁਖੀ ਹੈ। ਇੱਥੇ ਤੱਕ ਡਾਕਟਰ ਸਾਹਿਬ ਠੀਕ ਹੈ? ਹਾਂਜੀ, ਐਨੀ ਬੜੀ ਕੋਈ ਖਾਸ ਐਸੇ ਤੇ ਕਿਸੇ ਨੂੰ ਡਾਊਟ ਹੋਵੇ ਮੈਨੂੰ, ਮੇਰੇ ਲਈ ਤਾਂ ਠੀਕ ਹੈ ਜੀ। ਹਾਂਜੀ ਅੱਛਾ ਜੀ, ਚਲੋ ਜੀ। ਹਾਂਜੀ, ਇਹਦੀ ਮਨ ਕੀ ਮਤ ਜਿਹੜੀ ਹੈ ਉਹਦੇ ਕਾਰਨ ਹੈ ਦੁਖੀ ਹੈ। ਮਨ ਕੀ ਮਤ ਨੂੰ ਮਾਇਆ ਕਹਿੰਦੇ ਨੇ, ਮਨ ਕੀ ਮਤ ਨੂੰ ਨੈਗੇਟਿਵ ਥਾਟਸ ਕਹਿੰਦੇ ਨੇ, ਮਨ ਕੀ ਮਤ ਦੇ ਕਾਰਨ ਮੇਰਾ ਮਨ ਰਾਜਾ ਦੁਖੀ ਹੈ, ਇਹਨੂੰ ਕਹਿੰਦੇ ਨੇ ਮਨ ਕੀ ਮਤ। ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈ ਹੈ ਰੇ, ਤੂੰ ਸੁਖੀ ਹੋ ਸਕਦਾ। ਪਰ ਮੇਰਾ ਮਨ ਦਾ ਰਾਜਾ ਧਰਮ ਦੀ ਗੱਲ ਨਹੀਂ ਮੰਨਦਾ। ਧਰਮ ਡਿਕਸ਼ਨਰੀ ਵਾਲਾ ਜਿਹੜਾ ਸੋ ਕਾਰਡ ਬਾਹਰ ਦੀ ਦੁਨੀਆ ਦਾ ਨੰਬਰ ਆਫ ਧਰਮ ਨੇ, ਉਹਦੀ ਗੱਲ ਨਹੀਂ ਚੱਲ ਰਹੀ। ਜੇ ਸ੍ਰਿਸ਼ਟੀ ਮੇਰੇ ਅੰਦਰ ਦੀ ਚੱਲ ਰਹੀ ਹੈ ਤੇ ਮੇਰੇ ਅੰਦਰ ਵੀ ਇੱਕ ਧਰਮ ਰਾਜ ਦਾ ਰਾਜ ਚੱਲ ਰਿਹਾ, ਉਹਨੂੰ ਧਰਮ ਦਾ ਰਾਜ ਕਹਿੰਦੇ ਨੇ। ਉਹ ਧਰਮ ਦਾ ਜਿਹੜਾ ਰਾਜ ਹੈ ਨਾ, ਮੇਰਾ ਮਨ ਉਸ ਰਾਜ ਤੋਂ ਮੁਨਕਰ ਹੈ ਤਾਂ ਦੁਖੀ ਹੈ। ਇਹਨੂੰ ਸੁਖੀ ਸੁਖੀ ਨਹੀਂ ਹੈ ਤੇ ਕੂੜਾ ਹੈ, ਤੇ ਇਸ ਇਹਨੂੰ ਜਪਜੀ ਸਾਹਿਬ ਵਿੱਚ ਸਵਾਲ ਪੇਸ਼ ਕੀਤਾ ਹੋਇਆ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ, ਫਿਰ ਇਹਨੂੰ ਆਂਸਰ ਦੱਸਿਆ ਹੋਇਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਤੇਰੇ ਨਾਲ ਅੰਦਰ ਧਰਮ ਦਾ ਸੱਚ ਦਾ ਸੁਨੇਹਾ ਲਿਖਿਆ ਹੋਇਆ ਹੈ, ਤੂੰ ਉਹਦੇ ਅਨੁਸਾਰ ਚੱਲਦਾ ਨਹੀਂ ਹੈ, ਉਹ ਧਰਮ ਦਾ ਰਾਜ ਹੈ, ਤੂੰ ਉਸ ਤੋਂ ਅਪੋਜ਼ਿਟ ਚੱਲਦਾ ਤੇ ਤੂੰ ਦੁਖੀ ਹੁੰਦਾ। ਉਹ ਜਿਹੜਾ ਸਾਡੇ ਅੰਦਰ ਸੱਚ ਦਾ ਰਾਜ ਚੱਲਦਾ ਹੈ ਨਾ, ਧਰਮ ਦਾ ਰਾਜ, ਉਹਨੂੰ ਇੱਕੋ ਧਰਮ ਜਿਹੜਾ ਸੱਚ ਕੋਈ ਕਹਿੰਦਾ। ਤੇ ਉਹ ਜਿਹੜਾ ਮੇਰੇ ਉੱਤੇ ਸੱਚ ਦਾ ਰਾਜ ਚੱਲਦਾ ਹੈ, ਮੇਰੇ ਅੰਗ ਅੰਗ, ਰੋਮ ਰੋਮ, ਮੇਰੇ ਸਾਰੇ ਥੋਟ ਪ੍ਰੋਸੈਸ ਤੇ ਉਹ ਇੱਕ ਦੀ ਸੱਚ ਦੀ ਕਾਰ ਚੱਲਦੀ ਹੈ, ਇੱਕ ਯੂਨੀਕ ਸੱਚ ਦੀ ਕਾਰ ਚੱਲਦੀ ਹੈ, ਧਰਮ ਦੇ ਰਾਜ ਦੀ ਕਾਰ ਚੱਲਦੀ ਹੈ। ਔਰ ਉਹ ਕਾਰ ਜਿਹੜੀ ਹੈ ਉਹ ਨਿਯਮਾਵਲੀ ਜਿਹੜੀ ਹੈ, ਉਹ ਜਿਹੜਾ ਸੱਚਾ ਨਿਯਮ ਹੈ, ਉਹ ਸੱਚਾ ਨਿਯਮ ਇਹ ਕਹਿੰਦਾ ਜਿਹਾ ਬੀਜੈ ਸੋ ਲੁਣੈ, ਐਜ ਯੂ ਸੋ ਸੋ ਸ਼ੈਲ ਯੂ ਰੀਪ। ਧਰਮ ਰਾਜ ਦਾ ਜਿਹੜਾ ਸੱਚ ਦਾ ਨਿਆਂ ਅੰਦਰ ਚੱਲ ਰਿਹਾ, ਇੱਕ ਦੀ ਸੱਚ ਦੀ ਕਾਰ ਮੇਰੇ ਉੱਤੇ ਚੱਲ ਰਹੀ ਹੈ, ਉਹਨੂੰ ਇੱਕ ਉਹ ਅੰਕਾਰ, ਮੇਰੇ ਇੱਕ ਇੱਕ ਅੰਗ ਅੰਗ ਤੇ, ਰੋਮ ਰੋਮ ਤੇ ਉਸ ਸੱਚ ਦੀ ਕਾਰ ਚੱਲ ਰਹੀ ਹੈ। ਮੇਰਾ ਮਨ ਉਸ ਕਾਰ, ਉਸ ਨਿਯਮਾਵਲੀ ਤੋਂ ਮੁਨਕਰ ਹੈ, ਇਸ ਕਰਕੇ ਕੁੜਿਆਰ ਹੈ, ਤੇ ਮੇਰੇ ਮਨ ਨੂੰ ਕਹਿੰਦੇ ਨੇ ਕਿ ਤੂੰ ਤੇ ਬਣਿਆ ਹੋਇਆ ਉਹ ਵਾਲਾ ਹੁਕਮ ਨਿਯਮ ਤੋਂ ਉਲਟ ਚੱਲਣ ਵਾਲਾ, ਕਿ ਤੈਨੂੰ ਇਹ ਗੱਲ ਸਮਝ ਨਹੀਂ ਆ ਰਹੀ, ਜੇ ਆ ਬੀਜਾ ਸੋ ਲੁਣਾ, ਤੂੰ ਸੁੱਖ ਮੰਗਦਾ, ਲੋੜ ਹੈ ਦਾਖ ਵੀ ਜੋਰੀਆਂ ਕਿ ਕਰ ਬੀਜਾ ਜਾ, ਤੂੰ ਆਪਣੇ ਆਪ ਨੂੰ, ਤੇਰਾ ਦਿਲ ਕਰਦਾ ਤੂੰ ਪਾਪਾ ਅਖਵਾ ਲੈ, ਤੂੰ ਰਾਮਬੜੀਆ ਅਖਵਾ ਲੈ, ਤੂੰ ਜੱਟ ਅਖਵਾ ਲੈ, ਤੂੰ ਆਪਣੇ ਆਪ ਨੂੰ ਖੱਤਰੀ ਅਖਵਾ ਲੈ, ਤੂੰ ਆਪਣੇ ਆਪ ਨੂੰ ਬ੍ਰਾਹਮਣ ਅਖਵਾ ਲੈ, ਤੂੰ ਆਪਣੇ ਆਪ ਨੂੰ ਜਿਸ ਮਰਜ਼ੀ ਜਾਤ ਦਾ ਅਖਵਾ ਲੈ, ਪਰ
ਇਹ ਸ਼ਰਤ ਇੰਝ ਰਹੇਗੀ ਕਿ ਜੇ ਤੂੰ ਕਿੱਕਰ ਬੀਜਦਾ ਹੈ ਨਾ ਤੇ ਸੁਖੀ ਨਹੀਂ ਹੋ ਸਕਦਾ। ਮੇਰੀ ਉਸ ਅਵਸਥਾ ਨੂੰ ਕਹਿੰਦੇ ਨੇ ਕਿੱਕਰ ਬੀਜੇ ਜੱਟ ਮੰਗਦਾ ਸੁੱਖ ਹੈ। ਇੰਝ ਕਹਿਣ ਦੇ ਨਾਲ ਕਿ ਬਈ ਅਸੀਂ ਅਸੀਂ ਜੱਟ ਹੁੰਦੇ ਹਾਂ ਕਿ ਅਸੀਂ ਪਾਪੇ ਹੁੰਦੇ ਹਾਂ ਕਿ ਅਸੀਂ ਰਬਗੜੀਏ ਹੁੰਦੇ ਹਾਂ ਕਿ ਅਸੀਂ ਕਿਹੜੀ ਜਾਤ ਦੇ ਹੁੰਦੇ ਹਾਂ, ਇਹ ਕਹਿਣ ਦੇ ਨਾਲ ਆਪਣੇ ਔਗੁਣਾਂ ਦੇ ਨਾਲ ਜੀਣ ਨੂੰ ਤੇ ਅਣਖ ਨਹੀਂ ਕਹਿੰਦੇ ਨਾ। ਗੁਣ ਜਿਹੜੇ ਸਾਡੇ ਕੋਲ ਪ੍ਰਾਪਤ ਹੋਣ ਉਹਨਾਂ ਨੂੰ ਅਣਖ ਕਹਿੰਦੇ ਨੇ, ਉਹ ਸੈਲਫ ਐਸਟੀਮ ਹੁੰਦਾ। ਤੇ ਉਹ ਜੇ ਅਸੀਂ ਧਰਮ ਦੇ ਰਾਜ ਦੇ ਨਿਆਂ ਦੇ ਮੁਤਾਬਕ ਜੀਂਦੇ ਹਾਂ ਤੇ ਲੋੜੇ ਦਾਖ ਬਜੂਰੀਆਂ ਕਿੱਕਰ ਬੀਜੇ ਜੱਟ ਹੰਡੈ ਉਨਕ ਤਾਇੰਦਾ ਵਾਲੀ ਗੱਲ ਸਮਝ ਨਹੀਂ ਪਏਗੀ ਕਿ ਮੈਂ ਕੈਸਾ ਜੀਂਦਾ ਹਾਂ, ਮੈਂ ਸੁਖੀ ਹੋ ਸਕਦਾ। ਮੈਨੂੰ ਸੋਲੂਸ਼ਨ ਦੱਸਿਆ ਹੋਇਆ ਕਿ ਤੂੰ ਆਪਣੀ ਮਨ ਕੀ ਮਤ ਦਾ ਸਿਰ ਕਟਵਾ ਲੈ। ਜੋ ਤੂੰ ਇਹ ਹੰਕਾਰ ਰੱਖਿਆ ਹੋਇਆ ਨਾ ਆਪਣੀ ਜ਼ਾਤ ਅਭਿਮਾਨ ਦਾ, ਆਪਣੇ ਧਰਮ ਦੇ ਦਿਖਾਵੇ ਦਾ, ਆਪਣੀ ਬਾਹਰੋਂ ਫੇਕ ਐਂਟੀਟੀ ਦਾ, ਆਪਣਾ ਬਗਲਾ ਭਗਤੀ ਵਾਲਾ, ਆਪਣਾ ਹਿਪੋਕ੍ਰੇਸੀ ਵਾਲਾ, ਇਹ ਜਿਹੜਾ ਤੂੰ ਦਿਖਾ ਰਿਹਾ ਨਾ, ਇਸ ਪਾਸੋਂ ਪਹਿਲਾਂ ਮਰਨ ਕਬੂਲ, ਇਸ ਪਾਸੋਂ ਮਰ ਤੂੰ ਸੁਖੀ ਹੋ ਸਕਦਾ। ਮਨ ਕੀ ਮਤ ਤਿਆਗੋ ਹਰਜਨ ਹੁਕਮ ਬੋਝ ਪਾਈਏ ਰੇ। ਦੇਖੋ ਅੱਜ ਕੱਲ੍ਹ ਅਸੀਂ ਸਾਰੇ ਇਸ ਦੌਰ ਚੋਂ ਲੰਘ ਰਹੇ ਹਾਂ ਕਿ ਸਾਰੀ ਦੁਨੀਆਂ 'ਚ ਸਭ ਜਗ੍ਹਾ ਪੰਥ ਵਿਸਾਖੀ ਮਨਾ ਰਿਹਾ, ਤਾਂ ਅਸੀਂ ਪੜ੍ਹ ਵੀ ਰਹੇ ਹਾਂ, ਸੁਣ ਵੀ ਰਹੇ ਹਾਂ ਵੀ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀ ਆ। ਉਹ ਸਿਰ ਸੌਂਪਿਆ ਨਹੀਂ ਹੈ, ਸਿਰ ਤੇ ਘਟਾਇਆ ਹੀ ਨਹੀਂ ਹੈ, ਆਪਣੀ ਈਗੋ ਦਾ ਸਿਰ ਨਹੀਂ ਘਟਾਇਆ, ਸੁਖੀ ਨਹੀਂ ਆ। ਜੇ ਮੈਂ ਇਸ ਸਿਰ ਨੂੰ ਘਟਾ ਲਾ ਨਾ, ਈਗੋ ਦੇ ਸਿਰ ਨੂੰ, ਇਹਨੂੰ ਕਹਿੰਦੇ ਨੇ ਪੁਰਜਾ, ਪੁਰਜਾ ਘੱਟ ਮਰੇ। ਆਪਣਾ ਇੱਕ ਇੱਕ ਥੋਟ ਪ੍ਰੋਸੈਸ ਦਾ, ਨੈਗੇਟਿਵ ਥੋਟ ਪ੍ਰੋਸੈਸ ਦਾ ਜਿਹੜਾ ਇਕੱਠਾ ਕੀਤਾ ਹੋਇਆ ਈਗੋ ਵਾਲਾ ਜਿਹੜਾ ਤੇਰਾ ਸਿਰ ਹੈ ਨਾ, ਇਹ ਘਟਾ ਲੈ, ਇਸ ਪਾਸੋਂ ਮਰਨਾ ਸਿੱਖ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇਹਦਾ ਮਤਲਬ ਵਨਨੈਸ ਵਿਦ ਗੋਡ ਤਾਂ ਬਣਦੀ ਹੈ ਜੇ ਮੈਂ ਇਹ ਜੀਵਨ ਸਿੱਖਾਂ, ਪਰ ਮੈਂ ਤਾਂ ਕਰਦਾ ਨਹੀਂ ਹਾਂ। ਜਦੋਂ ਤੱਕ ਮੇਰਾ ਡਾਇਗਨੋਸ ਹੀ ਨਹੀਂ ਹੋਏਗਾ ਕਿ ਮੈਨੂੰ ਹੰਕਾਰ ਛੱਡਣਾ ਕਿਉਂ ਹੈ, ਹੰਕਾਰ ਹੁੰਦਾ ਕੀ ਹੈ, ਤਾਂ ਤੱਕ ਮੈਨੂੰ ਇਹ ਗੱਲ ਹੀ ਨਹੀਂ ਸਮਝ ਆਏਗੀ ਕਿ ਮੈਨੂੰ ਨਮਰਤਾ ਲੈਣੀ ਕਿਉਂ ਹੈ। ਤਾਂ ਤੱਕ ਜਿਸ ਗੱਲ ਨੂੰ ਮੈਂ ਆਪਣੀ ਅਣਖ ਬਣਾ ਕੇ ਬੈਠਾ, ਉਹ ਤਾਂ ਸੋ ਕਾਢ ਅਣਖ ਹੈ ਮੇਰੀ। ਮੇਰੇ ਘਰ ਦੀ ਸ਼ਰਾਬ ਹੈ ਅਸੀਂ ਪੀਂਦੇ ਹਾਂ, ਇਹ ਕੋਈ ਅਣਖ ਹੁੰਦੀ ਹੈ? ਇੱਕ ਹੱਥ 'ਚ ਸ਼ਰਾਬ ਹੈ, ਇੱਕ ਹੱਥ 'ਚ ਕੁੜੀ ਹੈ, ਇਹ ਕੋਈ ਅਣਖ ਹੁੰਦੀ? ਚਾਰ ਗਾਲਾਂ ਵੀ ਕੱਢ ਲੈਂਦੇ ਇਹਨੂੰ ਤੇ ਅਣਖ ਨਹੀਂ ਕਹਿੰਦੇ ਨੇ, ਪੁੱਤਰ ਦੇ ਨਾਂ ਤੇ ਦਾਜ ਵੀ ਲੈ ਲੈਂਦੇ ਇਹਨੂੰ ਤੇ ਅਣਖ ਨਹੀਂ ਕਹਿੰਦੇ। ਹਰ ਕਿਸਮ ਦਾ ਦਿਖਾਵਾ ਵੀ ਅਸੀਂ ਕਰ ਰਹੇ ਹਾਂ ਔਰ ਪਹਿਲਾਂ ਮਰਨ ਕਬੂਲ ਵੀ ਨਹੀਂ ਕਰ ਰਹੇ ਹਾਂ। ਕਿਹੜਾ ਮਰਨਾ? ਪ੍ਰੌਡਾਵਾਦ ਸਬਜੈਕਟ ਚੱਲ ਰਿਹਾ ਡਾਕਟਰ ਸਾਹਿਬ, ਹਾਂਜੀ, ਅੰਦਰ ਦੀ ਸ੍ਰਿਸ਼ਟੀ ਦਾ, ਅੰਦਰ ਦੀ ਸੋਚਣੀ ਦਾ, ਰਾਜੇ ਦਾ ਸਿਰ ਦਾ। ਉਹ ਰੇਣਕਾ ਕਰ ਨਹੀਂ ਰਿਹਾ ਤੇ ਸੁਖੀ ਹੋ ਨਹੀਂ ਰਿਹਾ, ਕਿਸੇ ਨੂੰ ਕੁਛ ਸਮਝਦਾ ਹੀ ਨਾ। ਆਪ ਹੰਕਾਰ ਦਾ ਸਿਰ ਤੇ ਨਹੀਂ ਨਾ ਰੱਖ ਰਿਹਾ ਤਾਂ ਨਮਰਤਾ ਦੀ ਗੱਲ ਕਿਵੇਂ ਸ਼ੁਰੂ ਹੋਵੇ? ਕਿਸੇ ਨਾ ਬਦੈ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਇਹ ਧਰਮ ਰਾਏ ਕੋਈ ਮਰਨ ਤੋਂ ਬਾਅਦ ਵਾਲਾ ਅਸਮਾਨ ਤੇ ਜਾਵਾਂਗੇ, ਉੱਥੇ ਨਹੀਂ ਇਹ ਧਰਮ ਰਾਜ। ਗੁਰਮਤ ਅਨੁਸਾਰ ਜੀਂਦੇ ਜੀ ਅੱਜ ਸਾਡੇ ਅੰਦਰ ਦਰਗਾਹ, ਜਿੱਥੇ ਲੇਖਾ ਜੋਖਾ ਨਾਲ ਹੁੰਦਾ, ਐ ਕਰ ਕਰੇ ਸੋ ਐ ਕਰ ਪਾਏ ਉਹ ਦਰਗਾਹ 'ਚ, ਔਰ ਨਾਲ ਦੇ ਨਾਲ ਮੇਰੇ ਮੰਦੇ ਖਿਆਲ ਦਾ ਲੇਖਾ ਬਣਦਾ ਜਾ ਰਿਹਾ, ਉਹ ਮੇਰੇ ਗੁਪਤ ਚਿੱਤਰ ਦਾ, ਤੇ ਉਹ ਬਣ ਰਿਹਾ ਧਰਮ ਦੇ ਰਾਜ ਅਨੁਸਾਰ। ਧਰਮ ਦੇ ਰਾਜ ਅਨੁਸਾਰ ਜਦੋਂ ਬਣ ਰਿਹਾ, ਮੈਂ ਉਸ ਰਾਜ ਦੇ ਅਕੋਰਡਿੰਗ ਨਹੀਂ ਹਾਂ, ਇਸ ਕਰਕੇ ਮੈਂ ਦੁਖੀ ਹਾਂ। ਮੇਰਾ ਮਨ ਰਾਜਾ ਦੁਖੀ ਹੈ, ਆਪਣੀ ਸ੍ਰਿਸ਼ਟੀ ਵਿੱਚ ਦੁਖੀ, ਆਪਣੇ ਹੰਕਾਰ ਕਰਕੇ ਹੈ। ਕਿਸੇ ਨਾ ਬਦੈ ਆਪ ਅਹੰਕਾਰੀ, ਇਹਦਾ ਮਤਲਬ ਧਰਮ ਦੇ ਨਿਆਂ ਦੇ ਮੁਤਾਬਕ ਜਿਹੜੀ ਇੱਕ ਸੱਚ ਦੀ ਕਾਰ ਮੇਰੇ ਉੱਤੇ ਚੱਲਦੀ ਹੈ ਉਹਦੇ ਮੁਤਾਬਕ ਮੈਂ ਦੁਖੀ ਰਵਾਂਗਾ। ਕਿਸੇ ਨਾਲ ਬਦਾ ਆਪ ਅਹੰਕਾਰੀ, ਹੋਰ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ। ਧਰਮ ਰਾਏ ਤਿਸ ਕਰੇ ਖੁਆਰੀ, ਕੋਈ ਮਰਨ ਤੋਂ ਬਾਅਦ ਧਰਮ ਰਾਜ ਖੁਆਰੀ ਨਹੀਂ ਕਰੇਗਾ।
ਜੀਂਦੇ ਜੀ ਜਿਹੜਾ ਮੇਰੇ ਅੰਦਰ ਮੈਨੂੰ ਸਿਖਾਇਆ ਜਾ ਰਿਹਾ। ਸੁੱਖੀ ਵਸਿਆ ਮਸਕੀਨੀਆ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਮੈਨੂੰ ਤੇ ਇਹ ਸਮਝਾਇਆ ਜਾ ਰਿਹਾ ਨਾ, ਤੇ ਮੈਂ ਆਪਣੇ ਗਰਭ ਦੇ, ਆਪਣੇ ਅਹੰਕਾਰ ਦੇ, ਆਪਣੀ ਇਸ ਜਿਹੜੀ ਮੇਰੀ ਇਹ ਹੋਮੇ ਹੈ ਨਾ, ਇਸ ਹੋਮੇ ਦੀ ਗੇਮ ਦੇ ਚੱਕਰ ਵਿੱਚ ਨਾ ਮੈਂ ਬੰਧਨਾਂ 'ਚ ਪਿਆ, ਹੋਮੇ ਹੀ ਬੰਧਨਾਂ 'ਚ ਪਿਆ ਹੋਇਆ। ਉਹਨੂੰ ਮੈਨੂੰ ਗੁਰੂ ਸਾਹਿਬ ਕਹਿ ਰਹੇ ਨੇ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ। ਜਿੱਤ ਕਿਹਦੇ ਨਾਲ ਬੱਦਾ ਹੋਇਆ? ਆਪਣੇ ਹੰਕਾਰ ਦੇ ਬੰਧਨਾਂ ਨਾਲ ਹੀ ਤੇ ਬੱਦਾ ਹੋਇਆ, ਹੋਮੇ ਹੀ ਬੰਧਨਾਂ ਤੇ ਬੱਦਾ ਹੋਇਆ। ਡਾਕਟਰ ਸਾਹਿਬ, ਪਰੌਡਾਵਾਦ ਦੀ ਜਿਹੜੀ ਇਹ ਗੱਲ ਹੈ ਨਾ, ਇਹ ਗੱਲ ਮੈਨੂੰ ਮੈਨੂੰ ਇੰਸਪਾਇਰ ਕਰ ਰਹੀ ਹੈ ਕਿ ਮੈਨੂੰ ਆਪਣੇ ਅੰਦਰ ਦੀ ਸ੍ਰਿਸ਼ਟੀ ਬਾਰੇ, ਅੰਦਰ ਦੇ ਰਾਜੇ ਬਾਰੇ, ਅੰਦਰ ਦੇ ਹੰਕਾਰ ਬਾਰੇ, ਅੰਦਰ ਮੇਰੇ ਉੱਤੇ ਚੱਲ ਰਿਹਾ ਸੱਚ ਦਾ ਨਿਯਮ, ਜਿਹੜੀ ਸੱਚ ਦੀ ਕਾਰ ਮੇਰੇ ਤੇ ਚੱਲ ਰਹੀ ਹੈ, ਉਹ ਮੈਨੂੰ ਦੱਸ ਰਹੀ ਹੈ ਕਿ ਤੂੰ ਕਿੱਕਰ ਬੀਜੇ ਹੋਏ ਨੇ, ਲੱਭਦਾ ਸੁੱਖ ਹੈ, ਬੀਜੈ ਬਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਂ ਕੈਸਾ ਤੇਰੇ ਦਿਮਾਗ ਦੇ ਅੰਦਰ ਹੰਕਾਰ ਚੜਿਆ ਹੋਇਆ ਕਿ ਤੂੰ ਸੁੱਖ ਮੰਗ ਰਿਹਾ। ਡਾਕਟਰ ਸਾਹਿਬ, ਇਹ ਬੰਧਨ ਹੋਮੇ ਦਾ ਛੁੱਟ ਸਕਦਾ ਹੈ, ਪਰ ਪਹਿਲਾਂ ਡਾਇਗਨੋਸ ਤੇ ਕਰੀਏ ਨਾ ਕਿ ਮੈਨੂੰ ਨਮਰਤਾ ਕਿਉਂ ਚਾਹੀਦੀ ਹੈ, ਕਿੱਥੋਂ ਚਾਹੀਦੀ ਹੈ, ਕਿਹੜੇ ਬੰਧਨਾਂ ਤੋਂ ਛੁੱਟਾਂ ਤਾਂ ਕਿ ਮੈਂ ਨਮਰਤਾ ਲਵਾਂ, ਨਮਰਤਾ ਕਿਉਂ ਸੋਲੂਸ਼ਨ ਹੈ? ਇਹ ਸਵਾਲ ਪੈਦਾ ਹੋਏਗਾ ਨਾ ਡਾਕਟਰ ਸਾਹਿਬ। ਹਾਂਜੀ, ਠੀਕ, ਬਿਲਕੁਲ ਠੀਕ ਮੈਂ ਨਾ ਗੱਲ ਆਪਣੇ ਹੈ। ਕੋਲ ਵਾਜਾ ਰੱਖਿਆ ਹੋਇਆ ਹੈ, ਤੇ ਮੈਂ ਬਚਪਨ ਵਿੱਚ ਇੱਕ ਸ਼ਬਦ ਗਾਉਂਦਾ ਹੁੰਦਾ ਸੀ, ਉਹ ਸ਼ਬਦ ਮੈਨੂੰ ਯਾਦ ਆ ਰਿਹਾ। ਜਬ ਲੱਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀਂ ਕੋਈ, ਤਬ ਇਸ ਕੋ ਸੁਖ ਨਾਹੀਂ ਕੋਈ। ਜਬ ਇਹ ਤਾਰੇ ਬੈਰੀ ਮੀਤ, ਤਬ ਲਗਨੇ ਚਲ ਨਾਹੀਂ ਚੀਤ। ਪਰ ਇਸ ਤੋਂ ਪਹਿਲਾਂ ਇਹਨੇ ਇੱਕ ਝੂਠ ਦਾ ਗਰਭ ਬਣਾ ਲਿਆ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਇਹਨੇ ਇੱਕ ਆਪਣਾ ਇੱਕ ਗਰਭ ਤਿਆਰ ਕਰ ਲਿਆ। ਅਸੀਂ ਜਿਹੜੇ ਆਪਣੀ ਮਾਤਾ ਦੇ ਪੇਟ ਵਿੱਚ ਪੈਦਾ ਹੁੰਦੇ ਹਾਂ ਨਾ, ਇਹ ਉਸ ਗਰਭ ਦੀ ਗੱਲ ਨਹੀਂ ਕੀਤੀ ਜਾ ਰਹੀ, ਇਹ ਆਪਣੇ ਹੰਕਾਰ ਦਾ ਮਾਇਆ ਨਾਮ ਗਰਭ ਜੂਨ ਕਾ ਇੱਕ ਆਪਣਾ ਇੱਕ ਗਰਭ ਤਿਆਰ ਕੀਤਾ ਹੈ। ਇਹ ਪਰੌਡਾਵਾਦ ਸਬਜੈਕਟ ਮੈਨੂੰ ਇਸ ਕਰਕੇ ਅੱਜ ਪਹਿਲਾਂ ਲੈਣਾ ਪਿਆ ਕਿ ਨਮਰਤਾ ਕਿਸ ਤਰੀਕੇ ਨਾਲ ਹੋਵੇ। ਮੈਂ ਤੇਰੇ ਜਬ ਲੱਗ ਜਾ ਜਬ ਤਾਰੇ ਕੋ ਬੈਰੀ ਮੀਖ, ਤਬ ਲਗਨੇ ਚਲ ਨਾਹੀਂ ਚੀਤ। ਸਟੇਬਿਲਿਟੀ ਨਹੀਂ ਹੈ, ਮਨ ਨੇਚਲ ਹੀ ਨਹੀਂ ਹੈ, ਇਹਦਾ ਮਤਲਬ ਹੰਕਾਰ ਵਿੱਚ ਨੇਚਲ ਨਹੀਂ ਹੁੰਦਾ, ਹੰਕਾਰ ਵਿੱਚ ਸਟੇਬਿਲਿਟੀ ਨਹੀਂ ਹੁੰਦੀ। ਦੈਟ ਮੀਨਸ ਜ਼ਬਰਦਸਤ ਨੀਡ ਹੈ ਨਿਮਰਤਾ ਦੀ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ। ਕਿਹੜਾ ਧਰਮ ਰਾਜ? ਸੱਚ ਦਾ ਨਿਆਂ। ਜਦੋਂ ਮੈਂ ਭੈੜੇ ਖਿਆਲਾਂ ਦੇ ਨਾਲ ਮੋਹ ਰੱਖਦਾ ਨਾ, ਉਹ ਮੇਰਾ ਹੰਕਾਰ ਹੈ, ਉਹ ਮੇਰੀ ਅਨਸਟੇਬਿਲਿਟੀ ਹੈ। ਇਹੀ ਹੋਂ ਦੇ ਮੇਰੇ ਬੰਧਨ ਨੇ, ਛੁੱਟ ਸਕਦੇ ਨੇ। ਪ੍ਰਭ ਕਿਰਪਾ ਤੇ ਬੰਧਨ ਤੂੰ ਗੁਰਪ੍ਰਸਾਦ ਨਾਨਕ ਹੋਂ ਛੂਟੇ। ਹੋਂ ਛੁੱਟਣੀ ਚਾਹੀਦੀ ਹੈ, ਹੋਂ ਛੁੱਟੀ
दैट मीनस के मैं नम्रता चाहता, जे हो ही नहीं छोड़ रहा मैं तो फिर नम्रता हो ही नहीं ना सकती। डॉक्टर साहब इतने तक डायग्नोस ठीक चल रहा? ठीक है, वधिया चल रहा है जी। मनु कह रहे ने भी तू सुखी हो सकता, जिस सुखी सुखी बसे मस्कीनिया अपने वार तले, बड़े बड़े अहंकारिया नानक गर्भ गले। तू ते अहंकार ही चाह। कई लोग की ना मैं बचपन तो सुनता सी, कहंदे ने भगवान हंकारियों का सिर नीचा कर देता है, हंकारियों को वो आकाश से जमीन पर गिरा देता है। ये बाहर वाला ऐसा कोई भगवान नहीं करता है। जो तो बाणी कह रही है सुखी बसे मस्कीनिया अपने वार तले, तू सुखी हो सकना है। पर गल की हो रही है बड़े बड़े अहंकारिया नानक गर्भ गले, अपने गर्भ ही आप गलते रहते ने, रब जी के विच आए नहीं। जिसके अंतर राज अभिमान, जिसनू ये अहंकार है झूठे राज दा, अपने मन दे अंदर दे राज दा, जेड़ा राजा सृष्ट दा दुखी है, जिसके अंतर राज मान, सो नरक पाते हो ते नरक ही रहिंदा। ओवर स्वान ही येल्स लाइक डॉग्स। इस मेटाफर इस प्रोडावाद ढंग की गल गुरबाणी सिखा रही है कि अंदर राजा तख्त है और वो राजा तख्त का राजा सुखी नहीं है। वह सुखी हो सकता है वो धर्म के राज अनुसार चले, तो उन्हों नेचर चीत प्राप्त हो सकता है, तो वह स्टेबिलिटी लै सकता है। उस स्टेबिलिटी अब चल कहते ने, नेचल कहते ने, उन्हों हलेमी राज कहते हैं। हलेमी इज इक्वल टू नम्रता, हलेमी इज इक्वल टू स्टेबिलिटी, हलेमी इज इक्वल टू शांत, हलेमी इज इक्वल टू बैलेंस्ड। जदों हलेमी राज मीन्स धर्म के राज अनुसार जींदा हाँ मैं अपने अंदरों, तो फिर कभू जीड़ा ऊब चढ़त है कभू जाए प्याले, लोभी जीड़ा थिर न रहता चारे कुंडा पाले वाली अवस्था तो मैं छुट गया। जदों सानू पुछते ने ना गुरु साहब बाणी च, तैं नर क्या कुरान सुन कीना, अन्न पावनी भगत नहीं उपजी भूख है दान ना दीना। तेरा मन तो भुखा है तो तेरी अनपावनी भगत मीन्स स्टेबिलिटी तो तेन आई नहीं। स्टेबिलिटी क्यों नहीं आई? क्योंकि अहंकार ही चलता। स्टेबिलिटी क्यों नहीं आई? फलाने ने मैं सत श्रीकाल नहीं बुलाई, फलाने ने सानू विआह ते नहीं बुलाया, फलाने ने सानू कार्ड नहीं दिता, फलाने ने मेरी गल नहीं पुछी, फलाने ने साडी इज्जत नहीं की, फलाना पहला सलूट मारदा सी अजकल सलूट नहीं मारदा, ओदा मैं भला कीता सी ओ अजकल मेरा गा। इन्हां गल्लां नू असीं अणख बणा के बैठे। जब कछ पावत तब गर्व करता है, माए गई तो रोन लगता है। मैं स्टेबल ही नहीं हाँ, इहदा मतलब यह डायग्नोज निकल के आएगा कि मैं स्टेबल नहीं हाँ, मेरा मन भुख है, मेरा मन स्टेबल नहीं है, इहदा मतलब मेरा कलजुगी राज है, मेरे अंदर दा सतजुगी संतोख वाला राज चलाना पेगा। ता धर्म अगैरतवाद की गल शुरू होगी, सतयुग अर्थ संतोख का धर्म अगैरतवाह। डॉक्टर साहब उन्हें उन्हें मेरी भूमिका ही चल चल रही है, पर अफसोस यह है कि असी किकर बीज रहे हैं, सुख मंग रहे हैं, सुख मिलता नहीं है। सुख पॉसिबल है जी मैं लॉज धर्म दे बारले डूज डोंट्स वाले ने आत्म की रहत वाले, जेड़े मेरा धर्म दा सच दा न्याय मेरे उत्ते चलता है, वो कहंदे ने कि तू सुखी हो सकता है, पर तू किकर बीजना है, तू अपने अंदर आप रियलाइज करना, कर कृपा जिसका हृदय गरीबी बसावे नानक यहां मुकत आगे सुख पावे, सुखी हो सकता। तू गरीबड़ा रेस से तारण करना, नम्रता से तारण करना। जरा जहा कोई कुछ सानू कवे साडे, जिसा एक बारी मैं 97 के 98 च एक टेप मिसाल दी सी, भी किसी ने किसी ने पूछा तेरा नाँ की है, कहिंदा शीतल दास,
ਉਹਨੇ ਕਿਹਾ ਜਰਾ ਉੱਚਾ ਬੋਲੋ ਸੁਣਾਈ ਨਹੀਂ ਦਿੰਦਾ। ਕਹਿੰਦਾ ਸ਼ੀਤਲ ਦਾਸ, ਕਹਿੰਦਾ ਤੁਸੀਂ ਨਾਂ ਕੀ ਦੱਸਿਆ? ਕਹਿੰਦਾ ਸ਼ੀਤਲ ਦਾਸ। ਤੇ 3 ਵਾਰੀ ਪੁੱਛ ਲਿਆ ਤਾਂ ਉਹਨੂੰ ਗੁੱਸਾ ਚੜ ਗਿਆ, ਕਹਿੰਦਾ ਤੁਹਾਡਾ ਜਿਹੜਾ ਚੰਬੜੀ ਥੱਲੇ ਸ਼ੀਤਲ ਦਾਸ ਸੀ ਉਹ ਬਾਹਰ ਆ ਗਿਆ। ਸਾਨੂੰ ਤਾਂ ਹੁਣ ਗਰੀਬੀ ਆਈ ਨਹੀਂ ਹੈ ਡਾਕਟਰ ਸਾਹਿਬ, ਅਸੀਂ ਤੇ ਹੁਣੇ ਸਿੰਬਲ ਰੁੱਖ ਵਾਂਗੂ ਉੱਚੇ ਉੱਚੇ ਬਣੇ ਹੋਏ ਆ ਨਾ, ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ ਵਾਲੇ ਬਣੇ ਹੋਏ ਆ ਨਾ, ਅਸੀਂ ਤਾਂ ਹੁਣੇ ਉਹ ਵਾਲੇ ਬਣੇ ਹੋਏ ਆ। ਕਿਤਨਾ ਸ਼ਬਦ ਅਸੀਂ ਇਹ ਪੜ੍ਹਦੇ ਹੁੰਦੇ ਸਾਂ, ਊਜਲ ਕਹਿਆ ਚਿਲਕਣਾ ਕੋਟਮ ਕਾਲੜੀ ਮਸ, ਤੋਤਿਆਂ ਝੂਠ ਨਾ ਉਤਰੈ ਜੇ ਸੌ ਤੋਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਇਹ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਇਹਦੇ 'ਚ ਆਇਆ ਸੀ, ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤਵੀਆਂ, ਮੈਂ ਬਾਹਰੋਂ ਬੜੇ ਸੋਹਣੇ ਕੋਠੇ ਵਾਲਾ, ਬੜੀ ਸੋਹਣੀ ਦਿਖਾ ਦਿੱਖ ਹੈ ਮੇਰੀ, ਬੜਾ ਸੋਹਣਾ ਮੈਂ ਬ੍ਰੈਂਡ ਨੇਮ ਦੇ ਕੱਪੜੇ ਪਾਉਂਦਾ ਹਾਂ, ਬੜਾ ਸਮਾਜ ਵਿੱਚ ਮੇਰਾ ਰੁਤਬਾ ਹੈ ਸਿੰਬਲ ਰੁੱਖ ਵਾਂਗ, ਅਤਿ ਤੀਰਗ ਅਤਿ ਮੁੱਛ, ਪਰ ਕੋਠੇ ਮੰਡਪ ਪਾੜੀਆਂ ਪਾਸੋਂ ਚਿੱਤਵੀਆਂ, ਟੱਠੀਆਂ ਕੰਮ ਨਾ ਆਉਣੀ ਵਿੱਚੋਂ ਸੱਖਣੀਆਂ, ਅੰਦਰ ਤਾਂ ਮੇਰੇ ਛੂਛਾ ਘੱਟ ਬੋਲੇ ਵਾਂਗੂ ਮੈਂ ਖਾਲੀ ਹਾਂ, ਤਾਂ ਮੈਂ ਬਾਹਰ ਕਿਹੜੀ ਨਮਰਤਾ, ਬਾਹਰ ਕਿਹੜੀ ਅਣਖ ਦੀਆਂ ਗੱਲਾਂ ਮੈਂ ਕਰ ਰਿਹਾ। ਪਹਿਲਾਂ ਮੇਰਾ ਇਹ ਵਾਲਾ ਡਾਇਗਨੋਸ ਤੇ ਹੋ ਜਾਏ ਨਾ, ਕਿ ਮੈਨੂੰ ਕਹਿ ਰਹੇ ਨੇ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ, ਹੁਣ ਨੀਟ ਪੈਦਾ ਹੋ ਗਈ, ਸਮਝ ਆ ਗਿਆ ਕਿ ਆਮ ਸਪੋਜ਼ ਟੂ ਹੈਵ ਨਮਰਤਾ, ਕਰ ਕਿਰਪਾ, ਰੱਬ ਜੀ ਕਿਰਪਾ ਨਹੀਂ ਕਰਦੇ ਨੇ, ਮੇਰਾ ਮਨ ਕਰ ਕਿਰਪਾ ਦਾ ਮਤਲਬ ਹੈ ਜਦੋਂ ਮੇਰਾ ਮਨ ਕਿਰਪਾ ਨੂੰ ਕਰਦਾ ਹੈ, ਐਡੋਪਟ ਕਰਦਾ ਹੈ, ਧਾਰਦਾ ਹੈ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਪਸਾਵੈ, ਨਾਨਕ ਹੀ ਮੁਕਤ, ਉਹ ਜਿਹਦੇ ਜੀ ਮੁਕਤ ਹੋ ਗਿਆ, ਆਗੈ ਸੁਖ ਪਾਵੈ। ਇਹ ਆਗੈ ਸਰੀਰਕ ਡੈਥ ਤੋਂ ਬਾਅਦ ਵਾਲਾ ਨਹੀਂ ਹੁੰਦਾ। ਮੈਂ ਪਰੌੜਾਵਾਦ ਦੇ ਸਬਜੈਕਟ ਨੂੰ ਲੈ ਕੇ ਟੁਰਿਆ ਕਿ ਇਹ ਆਗੈ ਦਾ ਮਤਲਬ ਹੁੰਦਾ ਕੀ ਹੈ। ਆਗੇ ਦਾ ਮਤਲਬ ਫਿਊਚਰ ਟੈਂਸ ਨਹੀਂ ਹੁੰਦਾ। ਜਦੋਂ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਾਂ ਦਿਨ ਹੋਮ ਹੁਆ ਪਾਛਾ ਪਿਆ ਆਨੰਦ, ਇਹ ਪਾਛਾ ਦਾ ਮਤਲਬ ਕੀ ਹੈ? ਜਿਸ ਦਿਨ ਮੇਰੀ ਹੋਮੈ ਈਗੋ ਖਤਮ ਹੋਈ ਨਾ, ਉਹਦਾ ਸਿਰ ਮੈਂ ਕਟਾਇਆ ਨਾ, ਉਸ ਤੋਂ ਬਾਅਦ, ਬਾਅਦ ਨੂੰ ਪਾਛਾ ਕਹਿੰਦੇ ਨੇ। ਆਗੈ ਸੁਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਕੀਤਾ, ਪਾਛੈ ਦਾ ਮਤਲਬ ਪਾਸਟ ਟੈਂਸ ਨਹੀਂ ਹੁੰਦਾ, ਇਹਦਾ ਮਤਲਬ ਆਗੈ ਦਾ ਮਤਲਬ ਫਿਊਚਰ ਟੈਂਸ ਨਹੀਂ ਹੁੰਦਾ। ਇਹਦਾ ਮਤਲਬ ਇਹ ਹੋ ਗਿਆ, ਜਿਸ ਵੇਲੇ ਮੈਂ ਸਿਰ ਕਟਾਇਆ ਹੈ, ਉਸ ਤੋਂ ਜਿਹੜਾ ਨੈਕਸਟ ਪਲ ਮੈਂ ਜਿਹੜਾ ਜੀਣਾ ਸ਼ੁਰੂ ਕਰ ਦਿੱਤਾ ਹੈ, ਉਹਨੂੰ ਆਗੈ ਕਹਿੰਦੇ ਨੇ। ਸਰੀਰਕ ਡੈਥ ਦੇ ਮਰਨ ਤੋਂ ਬਾਅਦ ਵਾਲੇ ਆਗੈ ਦੀ ਗੁਰਮਤ ਗੱਲਾਂ ਨਹੀਂ ਮੰਨਦੀ ਹੈ, ਜੀਂਦੇ ਜੀ ਧਰਮ ਰਾਜ ਦੀ ਮੰਨਦੀ ਹੈ, ਜੀਂਦੇ ਜੀ ਸੱਚ ਦੇ ਜੀਵਨ ਜਾਚ ਦੀ ਮੰਨਦੀ ਹੈ, ਜੀਵਤਿਆਂ ਬੰਧਨ ਤੋੜ ਕੇ ਬੰਧਨ ਮੁਕਤ ਹੋਣ ਦੀ ਗੱਲ ਕਰਦੀ ਹੈ। ਤਾਂ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੇ, ਨਾਨਕ ਜੀਆਂ ਮੁਕਤ, ਆ ਗਏ ਸੁਖ ਪਾਵੇ। ਇਹ ਆ ਗਿਆ ਕੀ ਹੈ? ਜੀਂਦੇ ਜੀ ਦਰਗਾਹ ਪ੍ਰਵਾਨ। ਡਾਕਟਰ ਸਾਹਿਬ, ਇੱਥੇ ਤੱਕ ਪਰੌੜਾਵਾਦ ਨਾਲ ਅਸੀਂ ਆਪਣਾ ਕੋਈ ਡਾਇਗਨੋਸ ਕਰ ਪਾਏ ਹਾਂ? ਨਹੀਂ ਕਰ ਪਰ ਆਪਣੇ ਆਪ ਤੇ ਲਾ ਕੇ ਦੇਖੀਏ ਤੇ ਕਰਨਾ ਪਏਗਾ। ਇਹਦਾ ਮਤਲਬ ਜਦੋਂ ਅਸੀਂ ਇਹ ਪੜ੍ਹਦੇ ਹਾਂ ਰੋਜ਼ ਸੋਇਲਾ ਪੜ੍ਹਦੇ ਹਾਂ, ਕਾਮ ਕ੍ਰੋਧ ਨਗਰ ਬਹੁ ਭਰਿਆ, ਇਹ ਕਿਹੜਾ ਨਗਰ? ਅੰਦਰ ਦਾ ਨਾ, ਪਰੌੜਾਵਾਦ ਦੀ ਗੱਲ ਚੱਲ ਰਹੀ ਹੈ, ਅੰਦਰ ਦਾ ਨਗਰ, ਅੰਦਰ ਦੀ ਸ੍ਰਿਸ਼ਟੀ, ਅੰਦਰ ਦਾ ਗਾਓ, ਬਾਬਾ ਆਪਣਾ ਬਸੋਏ ਗਾਓ, ਕਦੋਂ? ਜਦੋਂ ਮੈਂ ਦੇਖਿਆ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਏ। ਹੁਣ ਸਾਧੂ ਕੋਈ ਫਿਰ ਬਾਹਰ ਵਾਲਾ ਥੋੜ੍ਹਾ ਨਾ ਹੋਏਗਾ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾਏ, ਕਰ ਸਾਧੂ ਅੰਜਲੀ ਪੁਨਵਡਾਏ। ਹੁਣ ਕੋਈ ਬਾਹਰ ਵਾਲੇ ਸਾਧੂ ਬਾਬੇ ਅੱਗੇ ਅੰਜਲੀ ਥੋੜ੍ਹਾ ਨਾ ਕਰਨੀ ਹੈ, ਇਹ ਤੇ ਮਨ ਨੂੰ ਨਮਰਤਾ ਨਾਲ ਸਮਰਪਣ ਕਰਨਾ ਪੈਣਾ ਹੈ, ਮਨ ਦਾ ਸਮਰਪਣ ਹੀ ਕਰ ਸਾਧੂ ਅੰਜਲੀ ਹੈ। ਫਿਰ ਸਟੇਬਲ ਰਾਜ ਮਿਲ ਸਕਦਾ ਹੈ, ਫਿਰ ਨੇਚਰ ਰਾਜ ਮਿਲ ਸਕਦਾ ਹੈ, ਫਿਰ ਹੰਕਾਰ ਤੋਂ ਛੁੱਟ ਸਕਦੇ ਹਾਂ। ਡਾਕਟਰ ਸਾਹਿਬ, ਹੁਣੇ ਅਸੀਂ ਪਿੱਛੇ ਨਾ 26 ਜਨਵਰੀ ਨੂੰ ਇੰਡੀਆ ਸੈਮੀਨਾਰ ਕੀਤਾ ਸੀ, ਮੇਰੇ ਵੀਰ ਨਿਰਮਲ ਸਿੰਘ ਵੈਦ ਜਿਹੜੇ ਵਿਕਟੋਰੀਆ ਰਹਿੰਦੇ ਨੇ, ਉਹਨਾਂ ਨੇ ਕਿਹਾ ਸੀ ਕਿ ਇਸ ਸ਼ਬਦ ਨੂੰ ਲਿਆ ਜਾਏ
ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਹਾਂਜੀ ਬੈਠੇ ਹੋਏ ਆ ਸਾਡੇ ਕੋਲ ਵੈਦ ਸਾਹਿਬ ਬਸ ਜੀ। ਅੱਛਾ ਆਵਾਜ਼ ਆਏ ਹੋਏ ਨੇ। ਹਾਂਜੀ ਇੱਥੇ ਹੀ ਹੈ। ਇਹ ਬੜੇ ਖੋਜੀ ਨੇ ਤੇ ਮੈਨੂੰ ਆਪਣੀ ਖੋਜ ਦੇ ਬਾਰੇ ਸਾਂਝ ਕਰਦੇ ਰਹਿੰਦੇ ਨੇ, ਮੈਂ ਇਹਨਾਂ ਦਾ ਧੰਨਵਾਦੀ ਹਾਂ, ਪਰ ਇਹਨਾਂ ਨੇ ਮੈਨੂੰ ਇੰਸਪਾਇਰ ਕੀਤਾ ਕਿ ਉਹਦੇ ਬਾਰੇ ਸਾਂਝ ਕੀਤੀ ਹੈ। ਸੋ ਲਾਹੌਰ ਸ਼ਹਿਰ ਜ਼ਹਿਰ ਕਹਿਰ ਮੇਰੇ ਅੰਦਰ ਦਾ ਲਾਹੌਰ ਸ਼ਹਿਰ ਹੈ। ਜ਼ਹਿਰ ਕਹਿਰ ਕਦੋਂ ਬਣਿਆ, ਕੂੜ ਰਾਜਾ ਕੂੜ ਪ੍ਰਜਾ ਕਦੋਂ ਬਣਿਆ, ਜਦੋਂ ਮੈਂ ਸਵਾ ਪਹਿਰ ਵਾਲੀ ਮਦਹੋਸ਼ੀ ਵਿੱਚ ਸੀ। ਸਵਾ ਪਹਿਰ ਇਜ਼ ਇਕੁਅਲ ਟੂ ਪਹਿਲੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਬਾਲਕ ਬੁੱਧ ਅਚੇਤ। ਜਦੋਂ ਮੈਂ ਅਚੇਤ, ਜਦੋਂ ਮੈਂ ਮਦਹੋਸ਼, ਜਦੋਂ ਮੈਂ ਹੰਕਾਰ ਹੀ ਸੁੱਤਾ ਹੋਇਆ, ਜਦੋਂ ਮੈਂ ਮਦਮਸਤ ਹਾਂ, ਜਦੋਂ ਮੈਂ ਆਪਣੇ ਹੰਕਾਰ ਦੀ ਨੀਂਦ ਵਿੱਚ ਸੁੱਤਾ ਹੋਇਆ, ਉਸ ਵੇਲੇ ਉਹ ਸਵਾ ਪੈਰ ਸ਼ੁਰੂ ਹੁੰਦਾ ਹੈ, ਤਾਂ ਮੇਰੇ ਅੰਦਰ ਦਾ ਜਿਹੜਾ ਸ਼ਹਿਰ ਹੈ ਕਾਮ ਕ੍ਰੋਧ ਨਗਰ ਉਹ ਭਰਿਆ, ਜਿਹੜਾ ਬਾਬਾ ਆਪਣਾ ਬਸੂਏ ਗਾਓਂ ਵਾਲਾ ਮੇਰਾ ਸ਼ਹਿਰ ਹੈ, ਉਹ ਲਾਹੌਰ ਸ਼ਹਿਰ ਜ਼ਹਿਰ ਕਹਿਰ ਬਣ ਗਿਆ। ਜੇ ਰੱਬੀ ਗੁਣ ਲੈ ਲਵੇ ਤਾਂ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਸਕਦਾ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਸਿਫਤੀ ਦਾ ਘਰ ਨਮਰਤਾ ਹੈ, ਸਿਫਤੀ ਦਾ ਘਰ ਸਹਿਜ ਹੈ, ਸਿਫਤੀ ਦਾ ਘਰ ਸਬਰ ਹੈ, ਸਿਫਤੀ ਦਾ ਘਰ ਸ਼ੀਤਲਤਾ ਹੈ, ਸਿਫਤੀ ਦਾ ਘਰ ਨਮਰਤਾ ਹੰਬਲਨੈਸ ਹਲੀਮੀ ਹੈ। ਜਿਸ ਮਨੁੱਖ ਨੂੰ ਇਹ ਗੱਲ ਸਮਝ ਆ ਜਾਏਗੀ ਨਾ, ਉਹ ਨਮਰਤਾ ਧਾਰਨ ਕਰਨਾ ਚਾਹੇਗਾ। ਤੁਸੀਂ ਬੜਾ ਮਹਿੰਗਾ ਟੌਪਿਕ ਰੱਖ ਲਿਆ ਅੱਜ, ਬਹੁਤ ਮੁਸ਼ਕਿਲ ਵਾਲਾ ਟੌਪਿਕ ਰੱਖ ਲਿਆ, ਔਰ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਇਹਦੇ ਨਾਲ ਜਸਟਿਸ ਕਰ ਵੀ ਪਾ ਰਿਹਾ ਕਿ ਨਹੀਂ ਪਾ ਰਿਹਾ, ਪਰ ਮੈਨੂੰ ਇਤਨੀ ਗੱਲ ਸਮਝ ਆ ਰਹੀ ਹੈ, ਮੇਰੇ ਅੰਦਰ ਧਰਮ ਦਾ ਰਾਜ ਚੱਲਦਾ, ਉਹਨੂੰ ਇੱਕ ਦੀ ਸੱਚ ਦੀ ਕਾਰ ਦਾ ਰਾਜ ਕਹਿੰਦੇ ਨੇ। ਉਹਦੇ ਅਨੁਸਾਰ ਸੁੱਖ ਤੇ ਦੁੱਖ ਪ੍ਰਾਪਤ ਮੈਂ ਕਰਦਾ, ਉਹਦੇ ਅਨੁਸਾਰ ਮੇਰੇ ਅੰਦਰ ਦਾ ਸਾਜਨਾ ਹੁੰਦੀ ਹੈ ਜਾਂ ਮੇਰਾ ਤਨ ਖੇ ਹੁੰਦਾ ਹੈ। ਉਹ ਨਿਯਮ ਜਿਹੜੇ ਚੱਲ ਰਹੇ ਆ ਮੇਰੇ ਉੱਤੇ ਇੱਕ ਦੀ ਸੱਚ ਦੀ ਕਾਰ ਦਾ ਧਰਮ ਦਾ ਰਾਜ, ਉਸ ਤੋਂ ਉਲਟ ਚੱਲਦਾ ਹਾਂ, ਉਹ ਅੰਦਰ ਰਾਜਾ ਤੱਕ ਅੰਦਰ ਤੇ ਸੱਚ ਦਾ ਰਾਜ ਹੈ, ਪਰ ਮੈਂ ਉਸ ਤੋਂ ਉਲਟ ਚੱਲਦਾ ਹਾਂ ਤਾਂ ਮੈਂ ਦੁਖੀ ਹੁੰਦਾ। ਇਸ ਕਰਕੇ ਮੇਰੇ ਅੰਦਰ ਦਾ ਕਾਮ ਕ੍ਰੋਧ ਨਗਰ ਹੈ ਨਾ ਜਿਹੜਾ, ਇਹ ਫਿਕਸ ਅਪ ਹੋ ਸਕਦਾ। ਇਹਨੂੰ ਕਹਿੰਦੇ ਨੇ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ ਸਮਰਪਣ। ਇਸ ਤਰ੍ਹਾਂ ਜਾਚਨਾ, ਜਦੋਂ ਇਹ ਜਾਚਨਾ ਵਾਲੀ ਅਵਸਥਾ ਆਉਂਦੀ ਹੈ ਨਾ, ਇਹ ਨਮਰਤਾ ਹੈ। ਮੈਨੂੰ ਕੁਝ ਸਿਖਾਓ, ਮੈਂ ਸਿੱਖਣਾ ਚਾਹੁੰਦਾ, ਮੈਨੂੰ ਭਰਮ ਲੱਥ ਗਿਆ ਕਿ ਮੈਨੂੰ ਸਭ ਕੁਝ ਪਤਾ ਹੈ। ਮਨ ਜਾਣੈ ਸਭ ਬਾਤ, ਜਾਣਤ ਹੀ ਔਗੁਣ ਕਰੇ। ਹੁਣ ਸਮਝ ਆ ਗਿਆ ਮੈਂ ਸੁਖੀ ਨਹੀਂ ਹਾਂ, ਕਾਹੇ ਕਿ ਕੁਛ ਲਾਤ ਹਾਥ ਦੀ ਭੂਏ ਭਰੇ। ਮੈਨੂੰ ਸਿਖਾਓ, ਸਮਝਾਓ, ਮੇਰੇ ਭਾਂਡੇ ਚ ਪਾਓ, ਮੈਂ ਭਾਂਡਾ ਲੈ ਕੇ ਆ ਗਿਆ। ਇਹ ਸਮਰਪਣ ਦੀ ਅਵਸਥਾ ਅੰਜਲੀ, ਕਰ ਸਾਧੂ ਅੰਜਲੀ ਪੁਨ ਵਡਾਏ, ਕਰ ਡੰਡੋਤ ਪੁਨ ਵਡਾਏ। ਡੰਡੋਤ ਮਤਲਬ ਹੈ ਸਰੀਰਕ ਲੇਟ ਜਾਣ ਨੂੰ ਨਹੀਂ ਕਹਿੰਦੇ, ਪੂਰੀ ਤਰ੍ਹਾਂ ਸਮਰਪਣ। ਕਰ ਡੰਡੋਤ ਪੁਨ ਵਡਾਏ, ਪਰ ਹੋ ਕੀ ਰਹਿ ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ। ਹੋਮੇ ਦਾ ਕੰਡਾ ਤੋਂ ਛੁੱਟਣਾ ਹੈ ਤਾਂ ਨਮਰਤਾ ਧਾਰਨ ਕਰਨੀ ਪਏਗੀ। ਇਹ ਸੂਰਮੇ ਦਾ ਕੰਮ ਹੈ, ਇਹ ਬੜੇ ਵੱਡੇ ਜਿਗਰੇ ਵਾਲੇ ਦਾ ਕੰਮ ਹੈ। ਗੁਰਪ੍ਰਸਾਦ ਜਾਂ ਕਾ ਮਿਟਿਆ ਅਭਿਮਾਨ, ਸੋ ਜਨ ਨਾਨਕ ਦਰਗਾਹ ਪ੍ਰਵਾਨ। ਤਾਂ ਜੀਂਦੇ ਜੀ ਦਰਗਾਹ ਪ੍ਰਵਾਨ ਹੁੰਦੇ ਹਾਂ ਅਸੀਂ, ਪਰ ਇਹ ਵਾਲਾ ਜਿਹੜਾ ਅਸੀਂ ਆਪਣੇ ਜੀਵਨ ਵਿੱਚ ਨਮਰਤਾ ਵਾਲਾ ਪੱਖ ਧਾਰਨ ਕਰਨਾ ਹੈ ਨਾ, ਇਹਦੇ ਬਾਰੇ ਨਾ ਪਿੱਛੇ ਮੈਂ ਡਾਕਟਰ ਸਾਹਿਬ ਦੀ ਕਵਿਤਾ ਵੀ ਲਿਖੀ ਸੀ, ਉਹ ਮੈਂ ਨਾ ਅੱਜ ਲੈ ਆਇਆ। ਜੇ ਇਜਾਜ਼ਤ ਦਿਓਗੇ ਤਾਂ ਮੈਂ ਪੜ੍ਹ ਦਿੰਦਾ ਕੁਇਕ। ਇਹ ਨਾ ਮੈਂ ਕਨਵਰਸੇਸ਼ਨ ਬਣਾਈ ਹੈ, ਬਣਾਈ ਮਾਂ ਔਰ ਧੀ ਦੇ ਵਿਚਕਾਰ ਹੈ, ਪਰ ਇਹਦੇ 'ਚ ਮੈਂ 98 'ਚ ਇੱਕ ਸ਼ਬਦ ਪੜ੍ਹਿਆ ਸੀ, ਨਵਾਂ ਜਨਮ ਦੀ ਕੈਸਟ ਬਣੀ ਸੀ ਟੀ ਸੀਰੀਜ਼ ਵਿੱਚ, ਰਾਜਾ ਰਾਮ ਕਾਕਰੀ ਆਮਰੇ ਪਕਾਏ। ਤਾਂ ਉਹਦੇ ਵਿੱਚ ਸਾਡੇ ਅੰਦਰ ਦੇ ਬੀਇੰਗਸ ਕਿਸ ਤਰ੍ਹਾਂ ਫਿਕਸਅਪ ਹੁੰਦੇ ਨੇ, ਸਾਰੇ ਜੀ ਜੰਤ ਕਿਸ ਤਰ੍ਹਾਂ ਟਰਾਂਸਫਾਰਮ ਹੁੰਦੇ ਨੇ, ਤਾਂ ਉਸ ਟੇਪ ਦਾ ਨਾਂ ਰੱਖਿਆ ਗਿਆ ਸੀ ਨਵਾਂ ਜਨਮ। ਤੇ ਉਹਦੇ ਵਿੱਚ ਆਇਆ ਸੀ ਕਿ ਕੀੜੀ ਕਿਸ ਤਰ੍ਹਾਂ ਟਰਾਂਸਫਾਰਮ ਹੁੰਦੀ ਹੈ।
ਤੇ ਮੈਂ ਉਹ ਵਾਲਾ ਉਸ ਲੋਰੀ ਚ ਨਾ ਇਹ ਪੋਇਟਰੀ ਲਿਖੀ ਸੀ। ਮਾਂ ਕੀੜੀ ਕੀ ਖਾਂਦੀ ਨਿੱਕੇ ਢਿੱਡ ਵਾਲੀ, ਮਾਂ ਨੂੰ ਧੀ ਪੁੱਛ ਰਹੀ ਹੈ, ਮਾਂ ਕੀੜੀ ਕੀ ਖਾਂਦੀ ਨਿੱਕੇ ਢਿੱਡ ਵਾਲੀ, ਧੀਏ ਕੀ ਪੁੱਛਿਆ ਕੀੜੀ ਨਿੱਕੇ ਢਿੱਡ ਵਾਲੀ, ਤੂੰ ਲੱਭ ਕੀ ਖਾਂਦੀ ਕੀੜੀ ਨਿੱਕੇ ਢਿੱਡ ਵਾਲੀ। ਮਾਂ ਕਹਿ ਰਹੀ ਹੈ ਬੇਟੀ ਨੂੰ, ਬੇਟੀ ਕਹਿੰਦੀ ਹੈ ਛੱਡੋ ਨਾ ਮਾਂ ਜੀ, ਮੈਨੂੰ ਕੀ ਲੱਭਣਾ ਹੈ ਕੀੜੀ ਕੀ ਖਾਂਦੀ ਨਿੱਕੇ ਢਿੱਡ ਵਾਲੀ, ਇਹ ਲੱਭ ਕੇ ਦੱਸੋ ਮੈਨੂੰ ਕੀ ਫਾਇਦਾ ਹੋਣਾ, ਵੀ ਕੀੜੀ ਕੀ ਖਾਂਦੀ ਹੈ। ਛੱਡੋ ਨਾ ਮਾਂ ਜੀ, ਮੈਨੂੰ ਕੀ ਲੱਭਣਾ ਲੱਭ ਕੇ ਕਿ ਕੀੜੀ ਕੀ ਖਾਂਦੀ ਨਿੱਕੇ ਢਿੱਡ ਵਾਲੀ। ਹੁਣ ਮਾਂ ਜਵਾਬ ਦਿੰਦੀ ਹੈ, ਬੱਚੜੀਏ ਤੈਨੂੰ ਲੱਭਣਾ ਜੀਵਨ ਜਾਤ ਦਾ ਖਜ਼ਾਨਾ, ਬੱਚੜੀਏ ਤੈਨੂੰ ਲੱਭਣਾ ਹੈ ਜੀਵਨ ਜਾਚ ਦਾ ਖਜ਼ਾਨਾ, ਤੂੰ ਲੱਭ ਲੱਭ ਤਾਂ ਸਹੀ ਕੀੜੀ ਕੀ ਖਾਂਦੀ ਨਿੱਕੇ ਢਿੱਡ ਵਾਲੀ। ਲੋਕਾਂ ਦੇ ਢਿੱਡ ਵੱਡੇ ਹਾਥੀ ਵਰਗੇ, ਲੋਕਾਂ ਦੇ ਢਿੱਡ ਵੱਡੇ ਹਾਥੀ ਵਰਗੇ ਜਾਂਦੇ ਨੇ ਫਿੱਟ ਹੰਕਾਰ ਵਿੱਚ, ਰੱਖਦੇ ਨੱਕ ਉੱਚੀ ਨਹੀਂ ਰੱਖਦੇ ਹਲੀਮੀ, ਤੇ ਨਾ ਚੱਖਦੇ ਮੱਤ ਉੱਚੀ, ਜਾਂਦੇ ਨੇ ਫਿੱਟ ਹੰਕਾਰ ਚ ਰੱਖਦੇ ਨੱਕ ਉੱਚੀ, ਨਹੀਂ ਰੱਖਦੇ ਹਲੀਮੀ ਤੇ ਨਾ ਚੱਖਦੇ ਮੱਤ ਉੱਚੀ। ਧੀਏ ਸੁਣ ਕੀੜੀ ਨਿੱਕੇ ਢਿੱਡ ਵਾਲੀ ਖਾਂਦੀ ਪਰਬਤੀ ਹੰਕਾਰ ਵੱਡਾ, ਛੋਟਾ ਜਿਹਾ ਢਿੱਡ ਹੈ ਕੀੜੀ ਦਾ, ਹੰਕਾਰ ਦਾ ਪਰਬਤ ਖਾ ਜਾਂਦੀ ਹੈ। ਵਾਓ, ਧੀਏ ਸੁਣ ਕੀੜੀ ਨਿੱਕੇ ਢਿੱਡ ਵਾਲੀ ਖਾਂਦੀ ਪਰਬਤੀ ਹੰਕਾਰ ਵੱਡਾ, ਚਖਦੀ ਖੰਡ ਮਿੱਠਾ ਲੱਭ ਲੈਂਦੀ ਰੇਤ ਚੋਂ, ਜਦ ਸਿੱਖਦੀ ਹਲੀਮੀ ਸਦਕਾ ਮਿਠਾਸ ਦਾ ਖਜ਼ਾਨਾ। ਇਹਦਾ ਮਤਲਬ ਜਦੋਂ ਅਸੀਂ ਗੁਰਸਾਗਰ ਰਤਨੀ ਭਰਪੂਰੇ ਕੋਲ ਇਸ ਤਰ੍ਹਾਂ ਆਉਂਦੇ ਹਾਂ ਨਾ ਨਮਰਤਾ ਵਿੱਚ, ਸਾਨੂੰ ਜੀਵਨ ਜਾਚ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਨਿੱਕਾ ਢਿੱਡ ਨਾ ਆਖਤੀਏ, ਨਿੱਕਾ ਢਿੱਡ ਨਾ ਆਖਤੀਏ, ਜਿਗਰਾ ਉਸਦਾ ਬਹੁਤ ਵੱਡਾ, ਜਿਗਰਾ ਉਸਦਾ ਬਹੁਤ ਵੱਡਾ। ਤਾਂ ਹੀ ਤਾਂ ਮਾਣਦੀ ਸਮੁੰਦਰੀ ਖਜ਼ਾਨੇ ਗੁਰਾਂ ਦੇ, ਖਾ ਜਾਂਦੀ ਪਚਾ ਜਾਂਦੀ ਪਰਬਤੀ ਹੰਕਾਰ ਵੱਡਾ। ਤੂੰ ਵੀ ਸਿੱਖ ਤੇ ਮਾਣ ਮੇਰੀ ਧੀਏ, ਤੂੰ ਵੀ ਸਿੱਖ ਤੇ ਮਾਣ ਮੇਰੀ ਧੀਏ, ਤੇ ਆਖ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਜੇ ਕੀੜੀ ਜਿਹੀ ਨਿਮਰਤਾ ਸਿੱਖ ਸਮੁੰਦਰ ਮਾਣ ਦੇ, ਸਦਕੇ ਚ ਪਰਬਤੀ ਹੰਕਾਰ ਪਚਾਵ ਦੇ। ਜਦੋਂ ਅਸੀਂ ਵੀ ਕੀੜੀ ਵਾਲਾ ਢਿੱਡ ਪ੍ਰਾਪਤ ਕਰ ਲੈਂਦੇ ਹਾਂ ਨਾ, ਕੀੜੀ ਵਾਲੀ ਨਿਮਰਤਾ, ਤਾਂ ਅਸੀਂ ਵੀ ਹੰਕਾਰੀ ਪਰਬਤ ਪਛਾਣ ਜੋਗੇ ਹੋ ਸਕਦੇ ਹਾਂ। ਤੂੰ ਹੀ ਸਿੱਖ ਤੇ ਮਾਣ ਧੀਏ, ਆਖ ਕੀੜੀ ਤੁਲਨਾ ਹੋਣੀ ਜੇ ਤਿਸ ਮਨੋ ਨਾ ਵਿਸਰੇ। ਜੋ ਵੀ ਕੀੜੀ ਜਿਹੀ ਨਿਮਰਤਾ ਸਿੱਖ ਸਮੁੰਦਰ ਮਾਣ ਦੇ, ਸਦਕੇ ਚ ਪਰਬਤੀ ਹੰਕਾਰ ਪਚਾਉਂਦੇ। ਧੀਏ ਤੂੰ ਵੀ ਸਿੱਖ ਕੀੜੀ ਜਿਹੀ ਨਿਮਰਤਾ, ਸੁਖ ਦੇਵੀ ਸਹੁਰੇ ਪਰਿਵਾਰ ਨੂੰ ਜਾ ਕੇ, ਵਾਂਗ ਕੀੜੀ ਰਵੀ ਨਿੱਕੇ ਢਿੱਡ ਵਾਲੀ ਸੰਤੋਖੀ, ਵਾਂਗ ਕੀੜੀ ਨਿੱਕੇ ਢਿੱਡ ਵਾਲੀ ਰਵੀ ਸੰਤੋਖੀ, ਹਲੀਮੀ ਚ ਦੇਈ ਸੁਖ ਸੰਸਾਰ ਨੂੰ। ਇਹ ਮੈਂ ਨਾ ਕੀਤੀ ਪਰਬਤ ਖਾਇਆ ਤੋਂ ਬਹੁਤ ਵਧੀਆ ਕਵਿਤਾ ਲਿਖੀ ਸੀ। ਹੁਣ ਡਾਕਟਰ ਸਾਹਿਬ, ਇਹਦਾ ਮਤਲਬ ਅਸੀਂ ਇੱਥੇ ਪਹੁੰਚ ਗਏ, ਪ੍ਰੌਢਾਵਾਦ ਡਿਸਕਸ ਕੀਤਾ। ਕਿੰਨਾ ਸਮਾਂ ਹੋ ਗਿਆ ਡਾਕਟਰ ਸਾਹਿਬ? ਆਈ ਐਮ ਸੌਰੀ ਕਿ ਮੈਂ ਤੇ 50 ਮਿੰਟ ਇਹਦੇ 'ਚ ਹੀ ਲੈ ਗਿਆ। ਚਲੋ ਕਰੇ, ਕੰਟੀਨਿਊ ਰੱਖੋ, ਕੋਈ ਨਹੀਂ, ਬਸ 15 ਮਿੰਟ ਹੋਰ ਕੰਟੀਨਿਊ ਕਰੋ, ਅੱਛਾ ਸਾਰੇ ਬੈਠੇ। ਅੱਛਾ ਜੀ, ਹਾਂ ਡਾਕਟਰ ਸਾਹਿਬ, ਹੁਣ ਤੱਕ ਅਸੀਂ ਜਿਹੜਾ ਪ੍ਰੋਡਾ ਵਾਰ ਡਿਸਕਸ ਕੀਤਾ, ਇਹਦੇ ਚ ਅਸੀਂ ਇਹ ਸਮਝ ਲਿਆ ਕਿ
Are you gonna stay on the call like that, or are you gonna use your laptop? ਅਸੀਂ ਇਹ ਸਮਝ ਲਿਆ ਕਿ ਅੰਜਲੀ ਅੰਦਰ ਦੀ ਹੈ, ਨਮਰਤਾ ਅੰਦਰ ਦੀ ਹੈ, ਸ੍ਰਿਸ਼ਟੀ ਅੰਦਰ ਦੀ ਹੈ, ਰਾਜਾ ਅੰਦਰ ਦਾ ਹੈ, ਪਾਪੁਨ ਮੇਰੇ ਅੰਦਰ ਦੀ ਕੋਈ ਸ੍ਰਿਸ਼ਟੀ ਸਾਜੀ ਹੋਈ ਹੈ, ਕੂੜ ਰਾਜਾ ਕੂੜ ਪ੍ਰਜਾ ਮੇਰੇ ਅੰਦਰ ਦਾ ਹੈ। ਇਹਦਾ ਮਤਲਬ ਗੁਰੂ ਹੀ ਕੋਈ ਬਾਹਰ ਵਾਲਾ ਸਰੀਰ ਵਾਲਾ ਮਿਲਣਾ, ਜਿਹਦੇ ਅੱਗੇ ਜਾ ਕੇ ਮੈਨੂੰ ਕੇਸਾਂ ਕਾ ਕਰ ਚਵਰ ਟੁਲਾਵਾ ਕਰਨਾ ਹੈ, ਪੱਖਾ ਫੇਰੀ ਪਾਣੀ ਢੋਵਾ ਕਰਨਾ ਹੈ, ਪਾਂ ਮਲੋਵਾਂ ਮਲਮਲ ਧੋਵਾ ਕਰਨਾ ਹੈ, ਕਿ ਉਹ ਵੀ ਅੰਦਰ ਦਾ ਹੈ। ਸਭ ਕੁਝ ਅੰਦਰ ਹੀ ਹੋ ਗਿਆ। ਤਾਂ ਜੇ ਅੰਦਰ ਦਾ ਹੈ ਤਾਂ ਫਿਰ ਨਰਕ ਸਵਰਗ ਵੀ ਅੰਦਰ ਦਾ ਹੈ, ਦਰਗਾਹ ਵੀ ਅੰਦਰ ਦੀ ਹੈ, ਤਾਂ ਫਿਰ ਇਹ ਨਮਰਤਾ ਮੇਰੇ ਅੰਦਰ ਦਾ ਇੱਕ ਹੱਕ ਹੈ ਕਿ ਮੈਂ ਮਾਣਨਾ, ਇਹ ਮੇਰਾ ਹੱਕ ਹੈ ਕਿ ਮੈਂ ਸਿੱਖਾਂ। ਹੁਣ ਅੰਜਲੀ ਤੋਂ ਸ਼ੁਰੂ ਹੋਏਗਾ ਸਾਡਾ ਡਾਕਟਰ ਸਾਹਿਬ ਸਬਜੈਕਟ, ਹੁਣ ਸ਼ੁਰੂ ਹੁੰਦਾ ਹੈ ਕਿ ਮੈਨੂੰ ਆਪਣਾ ਹੰਕਾਰ ਛੱਡਣਾ, ਇਹਦੇ ਨਾਲ ਮੇਰਾ ਮੈਂ ਰਾਜਾ ਦੁਖੀ ਹੋ ਗਿਆ ਸੀ, ਮੈਨੂੰ ਨਮਰਤਾ ਚਾਹੀਦੀ ਹੈ, ਮੈਂ ਸਟੇਬਿਲਿਟੀ ਚਾਹੁੰਦਾ ਹਾਂ। ਕੋਈ ਮੈਨੂੰ ਨਮਸਕਾਰ ਸਤਿ ਸ੍ਰੀ ਅਕਾਲ ਨਾ ਬੁਲਾਏ ਤਾਂ ਮੈਂ ਅਨਸਟੇਬਲ ਹੋ ਜਾਂਦਾ, ਕੋਈ ਮੇਰੀ ਵਾਹਵਾ ਕਰੇ ਤਾਂ ਮੈਂ ਅਸਮਾਨੇ ਚੜ ਜਾਂਦਾ, ਕੋਈ ਮੇਰੀ ਕ੍ਰਿਟਿਕਸ ਕਰਦੇ ਤਾਂ ਮੈਂ ਝਾਂਬ ਕੇ ਝੱਗ ਵਾਂਗੂ ਬਹਿ ਜਾਂਦਾ ਔਰ ਬੜਾ ਦੁਖੀ ਹੋ ਜਾਂਦਾ। ਇਹ ਅਵਸਥਾ ਤੋਂ ਮੈਂ ਛੁੱਟਣਾ ਹੈ ਨਾ, ਮੈਨੂੰ ਮਾਨ ਅਪਮਾਨ ਤੋਂ ਛੁੱਟਣਾ ਹੈ ਨਾ। ਇਹਦਾ ਸਲੂਸ਼ਨ ਨਮਰਤਾ ਹੈ, ਮੇਰਾ ਹੱਕ ਹੈ ਕਿ ਮੈਂ ਸਿੱਖਣਾ ਹੈ, ਇਹ ਮੇਰੀ ਨਮਰਤਾ ਹੈ। ਮਨ ਕਰਕੇ ਜਦੋਂ ਮੈਂ ਸਮਰਪਣ ਕਰਦਾ ਨਾ ਆਪਣੇ ਆਪ ਨੂੰ, ਇਹ ਮੇਰੀ ਨਮਰਤਾ ਹੈ। ਪਰ ਸਮਰਪਣ ਕਰਕੇ ਜੋ ਮੈਨੂੰ ਗੁਣ ਪ੍ਰਾਪਤ ਹੁੰਦਾ ਉਹਨੂੰ ਜਦੋਂ ਮੈਂ ਅਮਲ ਵਿੱਚ ਲਿਆਉਂਦਾ, ਇਹ ਮੇਰੀ ਅਣਖ ਹੈ। ਜੋ ਜੋ ਚੀਜ਼ ਮੇਰੀ ਪਰਸਨੈਲਿਟੀ ਦਾ ਚੰਗਾ ਗੁਣ ਮੇਰਾ ਹਿੱਸਾ ਬਣ ਗਿਆ, ਇਹ ਮੇਰੀ ਅਣਖ ਹੈ ਨਾ ਡਾਕਟਰ ਸਾਹਿਬ। ਇਹੀ ਇਹੀ ਚੀਜ਼ ਬਣਾਉਣੀ ਹੈ, ਦੋਨੋਂ ਇੱਕ ਦੂਜੇ ਦੇ ਬਣ ਗਏ, ਵਿੱਚੋਂ ਹੀ ਆਪ ਸੈਲਫ ਕ੍ਰੀਏਟਿਡ ਹੋ ਗਏ। ਹਾਂਜੀ, ਇਹਦਾ ਮਤਲਬ ਨਮਰਤਾ ਸਬਜੈਕਟ ਟੂ ਮੇਰਾ ਸਿੱਖਣਾ, ਜਦੋਂ ਮੈਂ ਸਿੱਖਣ ਦੀ ਅਵਸਥਾ ਚ ਆਇਆ ਮੇਰੀ ਨਮਰਤਾ ਹੈ, ਔਰ ਜੋ ਸਿੱਖ ਕੇ ਉਸ ਚੰਗੇ ਗੁਣ ਨੂੰ ਮੈਂ ਆਪਣੇ ਪਰਸਨੈਲਿਟੀ ਦਾ ਰੈਲਿਸ਼ ਕਰਕੇ ਹਿੱਸਾ ਬਣਾਉਂਦਾ, ਅਮਲ ਵਿੱਚ ਲਿਆਉਂਦਾ, ਇਹ ਮੇਰੀ ਅਣਖ ਹੈ। ਮੈਨੂੰ ਇਹਦੀ ਐਡਵਾਂਟੇਜ ਕੀ ਹੁੰਦੀ ਹੈ, ਬੈਨੀਫਿਟ ਕੀ ਮਿਲਦਾ ਹੈ? ਮੇਰਾ ਮਨ ਨੀਵਾਂ ਹੋ ਜਾਂਦਾ ਹੈ, ਮਤ ਉੱਚੀ ਹੋ ਜਾਂਦੀ ਹੈ। ਇਹਦਾ ਮਤਲਬ ਜਦੋਂ ਅਸੀਂ ਟੈਂਦੀਆਂ ਗੱਲਾਂ ਚ ਹੁੰਦੇ ਹਾਂ, ਜਦੋਂ ਅਸੀਂ ਚਿੰਤਾ ਫਿਕਰੀ ਚ ਹੁੰਦੇ ਹਾਂ, ਜਦੋਂ ਅਸੀਂ ਡਰ ਰਹੇ ਹੁੰਦੇ ਹਾਂ, ਤਾਂ ਉਸ ਵੇਲੇ ਮਨ ਦੀ ਈਗੋ ਦਾ ਹੰਕਾਰ ਹੀ ਹੁੰਦਾ ਹੈ। ਅੱਛਾ, ਇਹ ਮੇਰੀ ਨਮਰਤਾ ਹੈ ਕਿ ਜਿਹਨੂੰ ਲੋਕੀ ਬੱਚਾ ਇਆਣਾ ਕਹਿੰਦੇ ਨੇ, ਮੈਂ ਉਹਦੇ ਕੋਲੋਂ ਵੀ ਸਿੱਖਣ ਨੂੰ ਤਿਆਰ ਹਾਂ। ਜਿਹਨਾਂ ਨੂੰ ਲੋਕੀ ਮੂਰਖ ਆਖਦੇ ਨੇ, ਮੈਂ ਉਹਨਾਂ ਕੋਲੋਂ ਵੀ ਸਿੱਖਣ ਨੂੰ ਤਿਆਰ ਹਾਂ। 100 ਕਾੜ ਮੂਰਖ ਦੁਨੀਆਂ ਦੇ ਭਾਣੇ ਹੋਏਗਾ, 100 ਕਾੜ ਦੁਨੀਆਂ ਦੇ ਭਾਣੇ ਕੋਈ ਅਨਪੜ੍ਹ ਹੋਏਗਾ, ਜਿਹਨੂੰ ਲੋਕੀ ਇਲੀਟਰੇਟ ਜਾਂ ਅਨਪੜ੍ਹ ਕਹਿ ਦਿੰਦੇ ਨੇ, ਗਵਾਰ ਕਹਿ ਦਿੰਦੇ ਨੇ, ਮੈਂ ਉਹਦੇ ਕੋਲੋਂ ਸਿੱਖਣ ਨੂੰ ਤਿਆਰ ਹਾਂ, ਕਿਉਂਕਿ ਮੈਨੂੰ ਆਪਣਾ ਹੰਕਾਰ ਛੱਡਣਾ ਔਰ ਮੇਰੇ ਗੁਣ ਮੈਂ ਪ੍ਰਾਪਤ ਕਰਨੇ ਨੇ, ਮੇਰਾ ਹੱਕ ਹੈ, ਮੈਨੂੰ ਬਾਣੀ ਸਿਖਾ ਰਹੀ ਹੈ। ਇਹ ਅਣਖ ਹੈ ਕਿ ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦਾ ਆਪ ਹੁੰਦਾ ਏ, ਕੋ ਐਸਾ ਭਗਤ ਸਦਾ। ਇਹ ਮੇਰੀ ਅਣਖ ਹੈ ਕਿ ਮੇਰੇ ਕੋਲ ਇੱਕ ਚੰਗਾ ਗੁਣ ਹੈ ਔਰ ਮੈਂ ਉਹਨੂੰ ਰੈਲਿਸ਼ ਕਰਕੇ ਜੀਂਦਾ ਹਾਂ, ਮਤ ਹੁੰਦੀ ਹੋਈ ਇਹ ਆਣਾ। ਡਾਕਟਰ ਸਾਹਿਬ, ਇਹ ਹੁਣ ਅਣਖ ਔਰ ਨਮਰਤਾ ਦਾ ਬਾਰੀਕ ਜਿਹਾ ਡਿਫਰੈਂਸ ਕਲੀਅਰ ਹੋ ਰਿਹਾ। ਪਈ ਅੜੈ ਸੋ ਸੇਵ ਤੂੰ, ਸੌ ਰੜੈ ਸੁਖ ਵਸ। ਜਦੋਂ ਵੀ ਅਸੀਂ ਇੱਕ ਸੈਮੀਨਾਰ ਕੀਤਾ ਸੀ ਪੇਕੇ ਸੌਰੇ, ਜਦੋਂ ਵੀ ਅਸੀਂ ਉਮਰ ਦੇ ਕਿਸ ਪੜਾਅ ਤੇ ਹਾਂ, ਜੈਂਡਰ ਸਾਡਾ ਕਿਹੜਾ ਹੈ, ਸਟੇਟਸ ਸਾਡਾ ਕਿਹੜਾ ਹੈ, ਦੁਨੀਆ 'ਚ ਰਹਿੰਦੇ ਕਿੱਥੇ ਹਾਂ, ਜਦੋਂ ਅਸੀਂ ਸਿੱਖਦੇ ਹਾਂ ਨਾ ਤਾਂ ਅਸੀਂ ਪੇਕਾ ਦੀ ਅਵਸਥਾ 'ਚ ਹੁੰਦੇ ਹਾਂ। ਪਈ ਅੜੈ ਸੋ ਸੇਵ ਤੂੰ, ਸੌ ਰੜੈ ਸੁਖ ਵਸ। ਜਦੋਂ ਮੈਂ ਸਿੱਖ ਕੇ ਉਹਨੂੰ ਅਮਲ ਵਿੱਚ ਲਿਆਂਦਾ ਤਾਂ ਮੈਂ ਸੌਰੇ ਘਰ ਹੀ, ਦੈਟ ਇਜ਼ ਵਨ ਬੈਸ ਵਿਦ ਗੋਡ। ਸੋ ਸਿੱਖਣ ਦੀ ਅਵਸਥਾ ਇਜ਼ ਕਾਲਡ ਨਮਰਤਾ, ਸਿੱਖ ਕੇ ਉਹਨੂੰ ਰੈਲਿਸ਼ ਕਰਨਾ, ਉਹਨੂੰ ਮਾਣਨਾ ਸਹੁਰਾ ਘਰ, ਔਰ ਇਹ ਮੇਰੀ ਅਣਖ ਹੈ। ਦੁਨੀਆ ਅੱਜ ਜਾਤ ਪਾਤ ਸਿਸਟਮ ਨਾਲ ਜੁੜੀ ਹੋਈ ਹੈ, ਊਚ ਨੀਚ ਦੀ ਜਾਤ ਪਾਤ ਬਣਾਈ ਹੋਈ ਹੈ,
रामगढ़ी जट पापे अरोड़े असी बना के बैठे हुए हैं, वक्रे वक्रे उन्होंने नाँ के गुरुद्वारे बना के बैठे हुए हैं। मना वैसे असी खालसा साजना दिवस रहे जिदे जात पात मनी नहीं जाती है, जिदे जेंडर डिस्क्रिमिनेशन नहीं होता है, लेकिन असी ये सब कुछ करी जा रहे हैं। तो मनु पता लग रहा है अगर मैं ह्यूमैनिटी वाला जीवन जीता हाँ तो मैं मनुख जात हाँ, यह मेरी नम्रता है। मनु ऊंच जात और सो कार्ड नीच जात जो दुनिया च बने हुए ने वो कॉम्पलैक्स पॉजिटिव नैगेटिव ना हो, दिस इज कार्ड माई कणक। कोई मेनू जात अभिमान ही नहीं क्योंकि मैं कॉम्पलैक्स ही नहीं हाँ। ਇਹ ਮੈਂ ਮੈਂ ਲਫਜ਼ ਵਰਤ ਰਿਹਾ ਮੈਨੂੰ ਖਿਮਾ ਕਰ ਦੇਣਾ, ਜੇਕਰ ਮੈਨੂੰ ਜ਼ਾਤ ਅਭਿਮਾਨ ਨਹੀਂ ਹੈ ਤਾਂ ਇਹ ਮੇਰੀ ਅਣਖ ਹੈ, ਵਰਨਾ ਜੇ ਮੈਂ ਜ਼ਾਤ ਅਭਿਮਾਨ ਵਿੱਚ ਹਾਂ ਉਹਨੂੰ ਅਣਖ ਨਹੀਂ ਕਹਿੰਦੇ ਨੇ, ਉਹ ਮਾਨ ਅਪਮਾਨ ਵਾਲੀ ਗੇਮ ਵਿੱਚ। ਗੁਰੂ ਸਾਹਿਬ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ, ਸੁੱਖ ਸੁਨੇਹਰ ਪੈਣੀ ਜਾਂ ਕੇ ਕੰਚਨ ਮਾਟੀ ਮਾਨਿਆ, ਉਹਦੇ ਕਹਿੰਦੇ ਤਾਂ ਜੋ ਮਾਨ ਅਪਮਾਨਾ ਉਸਤਤ ਨਿੰਦਾ ਦੋ ਤਿਆਗੋ। ਪਰ ਅਸੀਂ ਤਾਂ ਇਹਨਾਂ ਗੇਮਾਂ 'ਚ ਹਾਂ ਨਾ, ਮੈਨੂੰ ਤੇ ਬਾਣੀ ਸਿਖਾ ਰਹੀ ਹੈ ਕਿ ਤੂੰ ਨਮਰਤਾ 'ਚ ਰਹਿਣਾ। ਕੋਈ ਚੰਗਾ ਗੁਣ ਸਿੱਖਿਆ, ਤੈਨੂੰ ਕੋਈ ਪ੍ਰਾਪਤੀ ਹੈ ਤਾਂ ਮੈਨੂੰ ਕਹਿੰਦੇ ਕਿਆ ਥੋੜੜੀ ਬਾਤ ਗੁਮਾ, ਹਰ ਗੁਣ ਗਾਓ ਮੰਨਾ ਸਤਿਗੁਰ ਸੇ ਪਿਆਰ। ਜੇ ਤੈਨੂੰ ਕੋਈ ਚੰਗਾ ਗੁਣ ਸਮਝ ਆ ਗਿਆ ਉਹਨੂੰ ਰੈਲਿਸ਼ ਕਰ, ਕਿਆ ਥੋੜੜੀ ਬਾਤ ਗੁਮਾ। ਹੋਰਨਾ ਨੂੰ ਲੁੱਕ ਡਾਊਨ ਨਾ ਕਰਨਾ, ਜੋ ਤੇਰੇ ਕੋਲ ਗੁਣ ਆ ਗਿਆ ਉਸਨੂੰ ਰੈਲਿਸ਼ ਕਰਨਾ, ਪਰ ਉਸ ਗੁਣ ਦੇ ਕੰਪੈਰੀਜ਼ਨ ਵਿੱਚ ਹੋਰਨਾਂ ਨੂੰ ਸ਼ਰਮਿੰਦਾ ਕਰਨਾ, ਤੁਸੀਂ ਅਨਪੜ੍ਹੋ, ਤੁਸੀਂ ਅਗਿਆਨੀ ਹੋ, ਤੁਹਾਨੂੰ ਸਮਝ ਨਹੀਂ ਹੈ, ਤੁਸੀਂ ਮੂਰਖ ਹੋ, ਤੁਸੀਂ ਪੜ੍ਹੇ ਲਿਖੇ ਨਹੀਂ ਹੋ, ਉਹਨਾਂ ਨੂੰ ਕਰਜ਼ ਫੀਲ ਕਰਾਉਣਾ, ਇਹ ਅਣਖ ਨਹੀਂ ਹੈ। ਜੇ ਮੈਂ ਉਹਨਾਂ ਨੂੰ ਕੋਈ ਵੀ ਐਸੀ ਫੀਲਿੰਗ ਕਿਸੇ ਨੂੰ ਨਹੀਂ ਦਿੰਦਾ ਨਾ ਕਿ ਤੁਸੀਂ ਮੂਰਖ ਹੋ, ਤੁਹਾਨੂੰ ਸਮਝ ਨਹੀਂ ਹੈ, ਮੇਰੇ ਕੋਲ ਗੁਣ ਜ਼ਿਆਦਾ ਹੈ, ਮੈਂ ਪੜ੍ਹ ਜ਼ਿਆਦਾ ਗਿਆ ਹਾਂ, ਤਾਂ ਇਹ ਮੇਰੀ ਅਣਖ ਨਹੀਂ ਹੈ। ਪਰ ਜੇ ਮੈਂ ਨਾ ਐਸੀ ਫੀਲਿੰਗ ਦਿਆਂ ਇਹ ਮੇਰੀ ਅਣਖ ਹੈ। ਕਿਆ ਥੋੜੜੀ ਬਾਤ ਗੁਮਾਨ, ਨਜ਼ਰਾਂ ਨੀਵੀਆਂ ਕਰਕੇ ਰੱਖਣਾ, ਇਹ ਨਮਰਤਾ ਹੈ। ਹਮਦਰਦੀ ਦਾ ਸੁਭਾਅ, ਹਮਦਰਦੀ ਵਾਲੀਆਂ ਅੱਖਾਂ, ਹਿੱਤੂ ਸੁਭਾਅ ਵਾਲੀਆਂ ਅੱਖਾਂ, ਇਹ ਨਮਰਤਾ ਹੈ। ਪਰ ਕਿਸੇ ਨੂੰ ਕੂਰੀ ਵੱਟਣਾ, ਕਿਸੇ ਨੂੰ ਤਿਰਛੀ ਨਜ਼ਰ ਨਾਲ ਦੇਖਣਾ, ਕਿਸੇ ਨੂੰ ਟੇਢੀ ਨਜ਼ਰ ਨਾਲ ਦੇਖਣਾ, ਕਿਸੇ ਨੂੰ ਆਲੋਚਨਾਤਮਕ ਅੱਖਾਂ ਨਾਲ ਦੇਖਣਾ, ਇਹ ਅਣਖ ਨਹੀਂ ਹੈ। ਸੋ ਜੇ ਮੈਨੂੰ ਨਜ਼ਰ ਨਮਰਤਾ ਵਾਲੀ ਬਣਾਉਣੀ ਹੈ ਤਾਂ ਫਿਰ ਮੈਨੂੰ ਇਸ ਅਣਖ 'ਚ ਕਿਸੇ ਨੂੰ ਲੁੱਕ ਡਾਊਨ ਦੀ ਨਜ਼ਰ ਨਹੀਂ ਦੇਣੀ ਹੈ, ਕਿਸੇ ਨੂੰ ਹੇਟਰਡ ਲੁੱਕ ਨਹੀਂ ਦੇਣੀ ਹੈ, ਕਿਸੇ ਨੂੰ ਹੀਨ ਭਾਵਨਾ ਫੀਲ ਨਹੀਂ ਕਰਾਉਣੀ ਹੈ। ਡਾਕਟਰ ਸਾਹਿਬ ਮੈਨੂੰ ਇੱਕ ਸ਼ੇਰ ਯਾਦ ਆ ਗਿਆ, ਬੜਾ ਚਿਰ ਪਹਿਲਾਂ ਜਦੋਂ ਮੈਂ ਇੰਡੀਆ ਤੋਂ ਵਾਪਸ ਆਇਆ ਸੈਮੀਨਾਰ ਕਰਕੇ ਕਰੀਬਨ 10-12 ਸਾਲ ਪਹਿਲਾਂ, ਤਾਂ ਡਿਨਰ ਟੇਬਲ 'ਤੇ ਬ੍ਰਦਰ ਮੈਨੂੰ ਕਹਿੰਦਾ ਤੈਨੂੰ ਮੈਂ ਨਾ ਇੱਕ ਕਵਿਤਾ ਸੁਣਵਾਉਂਦਾ, ਅਤੇ ਉਹਦੀ ਕਵਿਤਾ ਦੀ ਇੱਕ ਲਾਈਨ ਮੈਨੂੰ ਇੱਥੇ ਕਲਿੱਕ ਹੋ ਰਹੀ ਹੈ। ਉਹ ਕਹਿੰਦਾ ਬਹੁਤ ਆਸਮਾਨ ਧੂੰਆਂ ਹੋਤੇ ਦੇਖੇ, ਦੇਖਿਆ ਉਹਦਾ ਨਾਂ ਤਾਰਿਕ ਅਜ਼ੀਜ਼ ਜਾਂ ਕੀ ਨਾਂ ਸੀ ਰਾਈਟਰ ਦਾ, ਬਹੁਤ ਆਸਮਾਨ ਧੂੰਆਂ ਹੋਤੇ ਦੇਖੇ ਇਸਲੀਏ ਮੈਂ ਆਪਣੀ ਸਤਹ ਸੇ ਉੱਪਰ ਨਹੀਂ ਉੱਠਦਾ। ਇਹਨੂੰ ਕਹਿੰਦੇ ਨੇ ਕਿ ਆਪਣੀ ਨਜ਼ਰ ਨਮਰਤਾ 'ਚ ਰੱਖੀ, ਅਸਮਾਨੇ ਚਾੜ ਕੇ ਆਕੜੀ 'ਚ ਨਹੀਂ ਆ। ਮੈਨੂੰ ਨਮਰਤਾ ਵਾਸਤੇ ਸਿਖਾਇਆ ਕਿ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ। ਪਗੜੀ ਦਾ ਮਤਲਬ ਤੇਰਾ ਰਸਤਾ, ਤੇਰੀ ਪਗਡੰਡੀ, ਪਗੜੀ ਇਸ ਪੱਗ ਨੂੰ ਨਹੀਂ ਬੋਲਦੇ ਨੇ, ਖੂਬ ਤੇਰੀ ਪਗੜੀ, ਤੇਰੇ ਮਾਰਗ ਤੇ ਚੱਲਣਾ ਨਾ, ਉਹਦੇ ਨਾਲ ਮਿੱਠੇ ਬੋਲ ਆ ਜਾਂਦੇ ਨੇ। ਮੈਨੂੰ ਇਹ ਬੜਾ ਪਸੰਦ ਹੈ, ਇਹ ਨਮਰਤਾ ਹੈ, ਇਹ ਮੇਰੀ ਅਣਖ ਹੈ ਕਿ ਦੂ। ਡਾਕਟਰ ਸਾਹਿਬ ਇੱਕ ਵਾਰੀ ਅਸੀਂ ਸੈਮੀਨਾਰ ਕੀਤਾ ਸੀ ਹੋਮੇ ਦਾ, ਹੋਮੇ ਕਿੱਥੋਂ ਉਪਜੇ ਕਿਤ ਸੰਜਮੇ ਜਾਏ, ਇਹ ਮੈਂ ਉਹਦੀ ਟੇਕ ਰੱਖੀ ਸੀ, ਤਾਂ ਉਹਦੇ 'ਚ ਮੈਂ ਇੱਕ ਸੈਂਟੈਂਸ ਸਾਂਝ ਕੀਤਾ ਸੀ ਕਿ ਕਈ ਵਾਰੀ ਅਸੀਂ ਕਹਿੰਦੇ ਹਾਂ ਮੈਂ ਨਾ ਦੂਜੇ ਦੇ ਮੂੰਹ ਤੇ ਗੱਲ ਫਾਂ ਮਾਰਦਾ ਭਾਵੇਂ ਉਹਨੂੰ ਬੁਰੀ ਲੱਗੇ, ਮੈਂ ਨਾ ਸੱਚੀ ਗੱਲ ਮੂੰਹ ਤੇ ਮਾਰ ਦਿੰਦੀ ਹਾਂ ਬਸ ਭਾਵੇਂ ਉਹਨੂੰ ਬਈ ਬੁਰੀ ਲੱਗੇ। ਦੇਖੋ ਜੀ ਮੈਂ ਤੁਹਾਨੂੰ ਕਹਿ ਰਿਹਾ ਤੁਹਾਨੂੰ ਲੱਗੇਗੀ ਬੁਰੀ, ਉਹ ਜੇ ਤੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਬੁਰੀ ਲੱਗੇਗੀ ਤਾਂ ਫਿਰ ਇਹ ਬੋਲਣ ਦੀ ਲੋੜ ਨਹੀਂ ਹੈ, ਇਹ ਈਗੋ ਹੈ, ਇਹ ਹੋਮੈ ਹੈ। ਸੋ ਇਹ ਮੇਰੀ ਅਣਖ ਹੈ ਕਿ ਦੂਜੇ ਦੇ ਮੂੰਹ ਤੇ ਫਾਂ ਮੈਂ ਨਹੀਂ ਮਾਰ ਭਾਵੇਂ ਸੱਚੀ ਹੋਵੇ।
ਕੋਈ ਲੋੜ ਨਹੀਂ, ਮੈਨੂੰ ਤੇ ਇੰਟਰੋਸਪੈਕਸ਼ਨ ਸਿਖਾਈ ਹੈ ਨਮਰਤਾ ਵਾਸਤੇ, ਆਪ ਨੜਾ ਗਿਰਵਾਨ ਮੈਂ ਸਿਰ ਨੀਵਾ ਕਰ ਵੇਖ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜਾ ਗਿਰਵਾਨ ਮੈਂ ਸਿਰ ਨੀਵਾ ਕਰ ਵੇਖ, ਤਾਂ ਮੈਂ ਫਿਰ ਆਪਣੇ ਅਵਗੁਣ ਫਰੋਲਾਂਗਾ ਨਾ, ਆਪਣਾ ਅਵਗੁਣ ਫਰੋਲਾਂਗਾ, ਮੈਨੂੰ ਪਤਾ ਲੱਗੇਗਾ ਮੇਰੀ ਗਲਤੀ ਹੈ, ਮੈਂ ਮਾਫੀ ਮੰਗ ਲਾਂਗਾ। ਪਰ ਜੇ ਕੋਈ ਕਵੇ ਕਿ ਮੇਰੇ ਕੋਲੋਂ ਗਲਤੀ ਹੋਈ ਹੈ, ਤਾਂ ਉਹਨੂੰ ਮੈਂ ਮਾਫੀ ਦੇਣ ਦੀ ਦੇਰੀ ਨਹੀਂ ਕਰਾਂਗਾ, ਮਨ ਆਪਣੇ ਤੇ ਬੁਰਾ ਮਿਟਾਉਣਾ ਸਿੱਖ ਲਾਂਗਾ, ਮੇਰੀ ਅਣਖ ਹੈ। ਵਾਈ ਸ਼ੁਡ ਆਈ ਕੀਪ ਔਨ ਉਹਨੂੰ ਹੋਲਡ ਕਰਕੇ ਰੱਖਾਂ, ਜਦੋਂ ਮੈਨੂੰ ਸਿਖਾਇਆ ਹੈ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਤਾਂ ਮੈਂ ਕਿਉਂ ਹੰਡਾਵਾਂ। ਮੈਨੂੰ ਸਿਖਾਇਆ ਮਨ ਆਪਣੇ ਤੇ ਬੁਰਾ ਮਿਟਾਉਣਾ, ਇਹਦੇ ਨਾਲ ਮੈਨੂੰ ਨਮਰਤਾ ਆਉਂਦੀ ਹੈ ਔਰ ਮੈਂ ਸੁਖੀ ਰਹਿੰਦਾ, ਮੇਰੇ ਅੰਦਰ ਦਾ ਰਾਜ ਸਟੇਬਲ ਰਹਿੰਦਾ। ਪਰ ਮੈਂ ਫੋਕੀ ਨਮਰਤਾ ਨਾਲ ਨਹੀਂ ਜੀਂਦਾ, ਫੇਕ ਉਹ ਦਿਖਾ ਕੇ ਆਪਣੀ ਪਾਵਰ ਦਾ ਮਿਸਯੂਜ਼ ਨਹੀਂ ਕਰਦਾ। ਮੇਰੀ ਨਮਰਤਾ ਪੁੱਤਰ ਅਭਿਮਾਨ ਵਿੱਚ ਦਾਦ ਨਹੀਂ, ਮੈਂ ਲੈਂਦਾ ਹੈ ਮੇਰੀ ਅਣਖ, ਦੂਜੇ ਦੀ ਅਣਖ ਨੂੰ ਮੈਂ ਚੈਲੇਂਜ ਨਹੀਂ ਕਰਦਾ। ਮੈਂ ਮਤਲਬ ਅਗਰ ਜੇ ਮੈਂ ਚੈਲੇਂਜ ਨਹੀਂ ਕਰਦਾ, ਅਗਰ ਮੈਂ ਦੂਜੇ ਦੀ ਇੰਟੈਗਰਿਟੀ ਨੂੰ ਚੈਲੇਂਜ ਨਹੀਂ ਕਰਦਾ, ਮੇਰੀ ਨਮਰਤਾ ਹੈ। ਪਰ ਜੇ ਕੋਈ ਮੇਰੀ ਇੰਟੈਗਰਿਟੀ ਨੂੰ ਚੈਲੇਂਜ ਕਰੇ, ਤਾਂ ਮੈਂ ਵੇਖ ਕੇ ਐਡਿਟ ਕਰਨਾ ਜਾਣਦਾ। ਆਈ ਟਰਾਈ ਟੂ ਪ੍ਰੈਕਟਿਸ ਦੈਟ, ਆਈ ਲਰਨ ਹਾਊ ਟੂ ਅਵੋਇਡ ਦਿਸ ਨੋ ਬਾਲ, ਇਹ ਨੋ ਬਾਲ ਹੈ, ਮੈਂ ਨਹੀਂ ਖੇਡਣੀ, ਲੀਵ ਇਟ। ਕਿਉਂ? ਕਿਉਂਕਿ ਅਗਰ ਉਹ ਚੰਗਾ ਗੁਣ ਮੇਰੇ 'ਚ ਹੈ, ਤਾਂ ਆਪਣੀ ਸੈਲਫ ਐਸਟੀਮ ਵਿੱਚ ਸਟੇਬਲ ਰਹਿਣਾ। ਅਗਰ ਉਹ ਗੁਣ ਮੇਰੇ 'ਚ ਨਹੀਂ ਹੈ, ਤਾਂ ਉਹ ਕ੍ਰਿਟਿਕਸ ਤਾਂ ਮੇਰੇ ਭੱਲੇ ਵਾਸਤੇ ਕੀਤੀ ਗਈ ਹੈ, ਨਿੰਦਾ ਕਮਰੇ ਕੱਪੜੇ ਧੋਏ ਕਰ ਰਿਹਾ। ਜੇ ਮੇਰੀ ਇੰਟੈਗਰਿਟੀ 'ਤੇ ਕੋਈ ਚੈਲੇਂਜ ਕਰਦਾ, ਤਾਂ ਵੇਖ ਕੇ ਐਡਿਟ ਕਰਨਾ ਮੇਰੀ ਅਣਖ ਹੈ। ਮੈਂ ਦੂਜੇ ਦਾ ਹੱਕ ਨਾ ਮਾਰਾਂ, ਇਹ ਮੇਰੀ ਨਮਰਤਾ ਹੈ। ਪਰ ਮੈਂ ਆਪਣਾ ਚੰਗੇ ਗੁਣਾਂ ਦਾ ਹੱਕ ਕਮਾ ਕੇ ਉਹਨੂੰ ਜੀਵਾਂ, ਚੰਗੇ ਗੁਣ, ਚੰਗੇ ਗੁਣਾਂ ਦੇ ਹੱਕ ਨੂੰ ਕਮਾਉਣਾ ਹੱਕ ਹਲਾਲ ਕਹਿਲਾਉਂਦਾ, ਔਰ ਮੰਦੇ ਔਗਣੀ ਖਿਆਲਾਂ ਨੂੰ ਕਮਾਉਣਾ ਹੱਕ ਪਰਾਇਆ ਨਾਨਕਾ ਕਹਿਲਾਉਂਦਾ। ਇਹ ਪੈਸੇ ਕਮਾਉਣ ਦੀ ਗੱਲ ਨਹੀਂ ਚੱਲ ਰਹੀ। ਸੋ ਜਦੋਂ ਡਾਕਟਰ ਸਾਹਿਬ ਅਸੀਂ ਇਹ ਗੱਲਾਂ ਕਰਦੇ ਹਾਂ, ਤਾਂ ਅਸੀਂ ਨਮਰਤਾ ਵਿੱਚ ਮਿੱਠੇ ਬੋਲ ਸਿੱਖਦੇ ਹਾਂ ਔਰ ਇਹ ਸਿੱਖਦੇ ਹਾਂ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰਿਆ ਮਿੱਠਾ ਬੋਲਣੀ, ਇਹ ਵਾਲੀ ਜਾਚ ਅਸੀਂ ਸਿੱਖ ਲੈਂਦੇ ਹਾਂ। ਔਰ ਜਦੋਂ ਇਹ ਵਾਲੀ ਜਾਚ ਅਸੀਂ ਸਿੱਖ ਲੈਂਦੇ ਹਾਂ ਡਾਕਟਰ ਸਾਹਿਬ, ਤਾਂ ਫਿਰ ਸਾਨੂੰ ਇਹ ਖੇਡ ਸਮਝ ਆ ਜਾਂਦੀ ਹੈ ਕਿ ਮੈਂ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਮੈਂ ਨਮਰਤਾ ਚ ਰਵਾਂ ਔਰ ਫਿਰ ਚੰਗੇ ਗੁਣਾਂ ਨੂੰ ਰੈਲਿਸ਼ ਕਰਕੇ ਜੀਆਂ। ਕੋਈ ਰਿਵਾਰਡ ਦੀ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ ਵਾਲਾ ਜੀਵਨ ਜੀਆਂ। ਰਿਵਾਰਡ ਔਰ ਪਨਿਸ਼ਮੈਂਟ ਦੇ ਚੱਕਰ ਦੇ ਵਿੱਚ ਪਾਪ ਪੁੰਨ ਜੀਂਦਾ ਸੀ, ਰਿਵਾਰਡ ਔਰ ਪਨਿਸ਼ਮੈਂਟ ਦੇ ਚੱਕਰ ਵਿੱਚ ਉਸਤਤ ਨਿੰਦਾ ਜੀਂਦਾ ਸੀ, ਰਿਵਾਰਡ ਔਰ ਪਨਿਸ਼ਮੈਂਟ ਦੇ ਚੱਕਰ ਵਿੱਚ ਮੇਰੀ ਕੋਈ ਵਾਹਵਾ ਕਰੇ ਔਰ ਮੈਂ ਕ੍ਰਿਟਿਕਸ ਨਾ ਸੁਣ ਸਕਾਂ। ਇਸ ਤਰੀਕੇ ਦੀ ਗੇਮ ਤੋਂ ਜਦੋਂ ਅਸੀਂ ਛੁੱਟ ਜਾਂਦੇ ਹਾਂ ਨਾ, ਇਹ ਸਾਡੀ ਨਮਰਤਾ ਹੁੰਦੀ ਹੈ। ਔਰ ਆਪਣੇ ਕ੍ਰਿਟਿਕਸ ਵੇਲੇ ਜਦੋਂ ਸਾਨੂੰ ਕੋਈ ਡੀ ਵੈਲਿਊ ਕਰੇ, ਉਸ ਵੇਲੇ ਅਸੀਂ ਬੈਲੈਂਸਡ ਰਹੀਏ। ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀ, ਮੇਰੇ ਬ੍ਰਦਰ ਨੇ ਮੈਨੂੰ ਇੱਕ ਸੈਂਟੈਂਸ ਦਿੱਤਾ, ਕਹਿੰਦਾ ਭੁਪਿੰਦਰ ਯੂ ਨੋ ਕਿ ਗੋਡ ਲਾਈਕ ਕੁਆਲਿਟੀਜ਼ ਨਾਲ ਕਿਉਂ ਜੀਂਦੇ ਨੇ? ਬਿਕੋਜ਼ ਵੀ ਆਰ ਟਰਾਇੰਗ ਟੂ ਲਰਨ ਕਿ ਇਨਡੀਸੈਂਟ ਸੋਸਾਇਟੀ ਅੰਦਰ ਡੀਸੈਂਟ ਬਿਹੇਵੀਅਰ ਕਿਵੇਂ ਕਰੀਦਾ ਹੈ। ਇਹ ਸਾਡਾ ਅੰਦਰ ਦਾ ਧਰਮ ਸਾਨੂੰ ਸਿਖਾਉਂਦਾ ਹੈ। ਇਸ ਕਰਕੇ ਅਸੀਂ ਓਪਨ ਟੂ ਲਿਸਨ ਰਹਿੰਦੇ ਹਾਂ, ਦਾਸ ਭਾਵ ਵਿੱਚ ਰਹਿੰਦੇ ਹਾਂ। ਇਸ ਇਹ ਅਣਖ ਹੁੰਦੀ ਹੈ ਸਾਡੀ ਕਿ ਕਿਸੇ ਨੂੰ ਇਨਸਲਟ ਨਹੀਂ ਕਰਦੇ ਹਾਂ। ਕੋਈ ਸਾਨੂੰ ਪਿਆ ਪ੍ਰਵੋਕ ਕਰੇ, ਕੋਈ ਸਾਡੀ ਬਾਰੇ ਬੋਲੇ, ਅਸੀਂ ਵੋਲਕੈਨੋ ਵਾਂਗੂ ਫੱਟਣਾ ਨਹੀਂ ਹੈ, ਅਸੀਂ ਇਨਸਲਟਿਡ ਫੀਲ ਨਹੀਂ ਕਰਨਾ, ਇਹ ਸਾਡੀ ਅਣਖ ਹੈ। ਅਸੀਂ ਹਮੇਸ਼ਾ ਸੰਤ ਸ਼ਰਨ ਵਿੱਚ ਰਹਿਣਾ, ਸੰਤ ਸ਼ਰਨ ਜੋ ਜਨ ਪੁਰੈ ਸੋ ਜਨ ਉਦਰਨਹਾਰ, ਚੰਗੇ ਗੁਣਾਂ ਦੀ ਸ਼ਰਨ ਵਿੱਚ ਰਹਿਣਾ। ਇਹ ਸਾਡੀ ਪੁਸਤਕਾਂ ਜਿਹੜੀਆਂ ਆਈਆਂ ਸੀ ਤੁਹਾਡੇ ਸਾਹਮਣੇ, ਅਸੀਂ ਸਾਂਝ ਕੀਤੀ ਸੀ ਸ਼ਬਦ ਜੁਗਤ ਸ਼ਬਦ ਤੱਤ, ਉਹਦੇ 'ਚ ਅਸੀਂ ਸੰਤ ਟਰਮ ਰੱਖੀ ਸੀ, ਫਿਰ ਉਸ ਤੋਂ ਬਾਅਦ ਚਰਨ ਟਰਮ ਰੱਖੀ ਸੀ, ਉਹ ਵੋਲਿਊਮ 4 ਹੁਣੇ ਲਾਂਚ ਹੋ ਗਈ ਹੈ, ਤੁਹਾਡੇ ਤੱਕ ਮੈਂ ਕਿਸੇ ਸੱਜਣ ਦੇ ਹੱਥ ਪਹੁੰਚਾਈ ਹੈ, ਉਹ ਤੁਹਾਨੂੰ ਕੱਲ੍ਹ ਕਾਲ ਕਰਨਗੇ ਤਾਂ ਤੁਹਾਨੂੰ ਦੇਣਗੇ। ਸ਼ਬਦ ਜੁਗਤ ਸ਼ਬਦ ਤੱਤ, ਉਹਦੇ ਅੰਦਰ ਸਮਝਿਆ ਸੀ ਕਿ ਸੰਤ ਦਾ ਮਤਲਬ ਚੰਗੇ ਗੁਣ, ਚੰਗੇ ਗੁਣਾਂ ਦੀ ਸ਼ਰਨ ਮੈਂ ਲੈਂਦਾ ਹਾਂ ਤਾਂ ਮੈਂ ਨਮਰਤਾ 'ਚ ਹਾਂ, ਚੰਗੇ ਗੁਣ ਮੈਂ ਕਮਾ ਕੇ ਉਹਨਾਂ ਦੇ ਨਾਲ ਜੀ ਜੀ ਕੇ ਉਹਨਾਂ ਨੂੰ ਅਪਲਾਈ ਕਰਦਾ, ਤਾਂ ਇਹ ਮੇਰੀ ਅਣਖ। ਕਿਸੇ ਦਾ ਦਿਲ ਨਾ ਦੁਖਾਵਾਂ,
ਇਹ ਮੇਰੀ ਨਮਰਤਾ ਹੈ ਤੇ ਜਦੋਂ ਕੋਈ ਮੇਰੇ ਵਾਸਤੇ ਮੇਰੇ ਜੀਵਨ ਵਿੱਚ ਉਤਾਰ ਚੜਾਅ ਆਉਂਦਾ ਤੇ ਥਾਂ ਥਾਂ ਤੇ ਆਪਣਾ ਦੁਖੜਾ ਰੋ ਰੋ ਕੇ ਲੋਕਾਂ ਅੱਗੇ ਆਪਣਾ ਦੁੱਖ ਦਿਖਾ ਦਿਖਾ ਕੇ ਜਗ ਜਣੇ ਖੜੇ ਨੂੰ ਦੁੱਖ ਦਿਖਾ ਕੇ ਉਹਨਾਂ ਦੀ ਝੂਠੀ ਹਮਦਰਦੀ ਖਰੀਦਣਾ ਇਹ ਇਹ ਅਣਖ ਨਹੀਂ ਹੈ। ਸਭ ਨੂੰ ਐਮਬਰੇਸ ਕਰਨਾ ਨਮਰਤਾ ਹੈ। ਇਹ ਮੇਰੀ ਪਾਕੀਜ਼ਗੀ ਹੈ, ਇਹ ਮੇਰੀ ਪਵਿੱਤਰਤਾ ਹੈ ਕਿ ਮੈਂ ਬਿਨਾਂ ਵਿਤਕਰੇ ਤੋਂ ਸਭ ਨੂੰ ਬੀਠਲ ਵਾਲਾ ਜੀਵਨ ਜੀ ਸਕਦਾ। ਦੁਨੀਆ ਜਿਸ ਨੂੰ ਮੂਰਖ ਸਮਝਦੀ ਹੈ, ਦੁਨੀਆ ਜਿਸ ਨੂੰ ਅਨਪੜ੍ਹ ਸਮਝਦੀ ਹੈ, ਦੁਨੀਆ ਜਿਸ ਨੂੰ ਸੋ ਕਾਰਡ ਨੀਵੀਂ ਜ਼ਿਆਦਾ ਸਮਝਦੀ ਹੈ, ਦੁਨੀਆ ਆਪਣੇ ਆਪ ਨੂੰ ਉੱਚਾ ਤੇ ਕਿਸੇ ਨੂੰ ਨੀਵਾਂ ਸਮਝਦੀ ਹੈ, ਕਿਸੇ ਨੂੰ ਛੂਤ ਤੇ ਕਿਸੇ ਨੂੰ ਅਛੂਤ ਸਮਝਦੀ ਹੈ, ਕਿਸੇ ਨੂੰ ਅਨਟੱਚੇਬਲ ਕਹਿ ਦਿੰਦੀ ਹੈ। ਇਹ ਸਾਰਾ ਕੁਝ ਛੱਡ ਕੇ ਸਭ ਨੂੰ ਮੈਂ ਬ੍ਰੇਸ ਕਰ ਸਕਦਾ ਹਾਂ, ਇਹ ਮੇਰੀ ਪਵਿੱਤਰਤਾ ਹੈ। ਸਭ ਉਮੀਦ ਹਮਾਪਨ ਕੀ ਨਾ, ਮੈਨੂੰ ਕੋਈ ਨਹੀਂ ਪ੍ਰੂਵ ਕਰਨਾ ਕਿ ਮੈਂ ਰਾਈਟ ਹਾਂ, ਮੈਨੂੰ ਕੋਈ ਬਾਦ ਵਿਵਾਦ ਕਹੂੰ ਸੋਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ, ਮੈਨੂੰ ਕੋਈ ਬਾਦ ਵਿਵਾਦ ਬਹਿਸ ਕਰਕੇ ਪ੍ਰੂਵ ਨਹੀਂ ਕਰਨਾ ਦੈਟ ਆਈ ਐਮ ਮਿਸਟਰ ਰਾਈਟ, ਤੇ ਕਿਸੇ ਨੂੰ ਨੀਵਾਂ ਵੀ ਨਹੀਂ ਪਾਉਣਾ। ਆਕੜ ਵਿੱਚ ਰਹਿਣ ਦੇ ਬਦਲੇ ਫਲੈਕਸੀਬਲ ਰਹਿਣਾ। ਆਕੜ ਵਿੱਚ ਤੇ ਡਾਕਟਰ ਸਾਹਿਬ ਮੁਰਦੇ ਵੀ ਰਹਿੰਦੇ ਨੇ, ਮੁਰਦੇ ਆਕੜੇ ਰਹਿੰਦੇ ਨੇ, ਇਸੇ ਕਰਕੇ ਤੇ ਸਾੜੇ ਜਾਂਦੇ, ਇਸੀ ਕਰਕੇ ਤੇ ਦੱਬੇ ਜਾਂਦੇ ਨੇ। ਸੋ ਅਸੀਂ ਮੁਰਦੇ ਵਾਂਗੂ ਨਹੀਂ ਰਹਿਣਾ, ਅਸੀਂ ਨਮਰਤਾ ਵਿੱਚ ਰਹਿਣਾ ਤੇ ਅਸੀਂ ਸਤਿਗੁਰ ਦੀ ਮੱਤ ਲੈ ਕੇ ਇਸ ਨਮਰਤਾ ਭਰੇ ਜੀਵਨ ਨੂੰ ਜੀਣਾ ਔਰ ਮਿੱਠੇ ਬੋਲ ਸਿੱਖਣੇ ਨੇ। ਤੁਮੀ ਤੁਮਾ ਵਿਸ ਵਾਲੇ ਕੌੜੇ ਬੋਲ ਨਹੀਂ ਸਿੱਖਣੇ ਨੇ। ਬਾਂਸ ਬੜਾਈ ਬੁੜਿਆ ਵਾਂਗੂ ਨਹੀਂ ਜੀਣਾ, ਬਲਕਿ ਚੰਦਨ ਕਹਿ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ ਦੇ ਬਦਲੇ ਚੰਦਨ ਦੀ ਖੁਸ਼ਬੂ ਲੈਣੀ ਹੈ। ਇਹ ਮੇਰੀ ਨਮਰਤਾ ਹੈ। ਫਰੀਦਾ ਦਾ ਦਰਵੇਸ਼ੀ ਗਾਖੜੀ ਚੱਲਣਾ ਦੁਨੀਆ ਪੱਤ, ਬੰਨ ਉਠਾਈ ਪੋਟਲੀ ਕਿੱਥੇ ਵੰਜਾ ਕੱਤ, ਮੈਂ ਆਪਣੇ ਸਿਰ ਤੇ ਅਵਗੁਣਾਂ ਦੀ ਪੋਟਲੀ ਨਹੀਂ ਬੰਨੀ ਹੈ। ਲੋਕੀ ਕਿਸ ਤਰ੍ਹਾਂ ਦਿਖਾਵਾ ਕਰਦੇ ਨੇ ਉਹ ਮੈਂ ਨਹੀਂ ਕਰਨਾ ਹੈ, ਤਾਂ ਮੈਨੂੰ ਦਰ ਦਾ ਵੇਸ ਪ੍ਰਾਪਤ ਹੁੰਦਾ ਹੈ। ਤਾਂ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਏ ਭਰਾਂਤ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਤ। ਰੁੱਖਾਂ ਦੀ ਜੀਰਾਂਤ ਹੁੰਦਾ ਹੈ, ਫੁੱਲ ਫਲ ਦਿੰਦੇ ਹਨ, ਕੋਈ ਪੱਥਰ ਮਾਰੇ ਕੋਈ ਕੁਛ ਹੀ ਕਰੇ, ਪੇੜ ਆਪਣਾ ਕੰਮ ਦੇਣ ਦਾ ਕਰਦੇ ਜਾਂਦੇ ਨੇ, ਔਰ ਮਿੱਠਤ ਨੀਵੀਂ ਨਾਨਕਾ ਗੁਣ ਚ ਗਈਆਂ ਤਾਤੀ ਚ ਰਹਿੰਦੇ ਨੇ। ਇਹ ਅਸੀਂ ਸਿੱਖਣਾ, ਕੀੜੀ ਕੋਲੋਂ ਨਮਰਤਾ ਸਿੱਖਣੀ ਹੈ, ਹਾਥੀ ਵਾਲਾ ਹੰਕਾਰ ਛੱਡਣਾ, ਤਾਂ ਸਾਡੀ ਸਾਰਿਆਂ ਨਾਲ ਬਣ ਆਉਂਦੀ ਹੈ। ਇਹ ਸਭ ਕੁਛ ਕਰਦਿਆਂ ਹੋਇਆ ਡਾਕਟਰ ਸਾਹਿਬ ਜਿਹੜਾ ਹੈ ਸਾਹਿਬ ਦੀ ਕਰ ਚਾਕਰੀ ਵਾਲਾ ਸ਼ਲੋਕ ਮੈਂ ਤੁਹਾਡੇ ਨਾਲ ਸਾਂਝ ਕੀਤਾ ਹੈ ਨਾ, ਇਹ ਬਾਹਰ ਵਾਲੇ ਸਾਹਿਬ ਦੀ ਗੱਲ ਨਹੀਂ ਚੱਲ ਰਹੀ ਹੈ, ਅੰਦਰ ਦੀ ਚੱਲ ਰਹੀ ਹੈ। ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਡੀ ਕਰ ਬੈਸਣ ਦੀਜੈ, ਵੀਣ ਸਿਰ ਸੇਵ ਕਰੀਜੈ, ਅੰਦਰ ਦੀ ਗੱਲ ਚੱਲ ਰਹੀ ਹੈ। ਇਹ ਨਮਰਤਾ ਨਾਲ ਪ੍ਰਾਪਤ ਹੁੰਦੀ ਹੈ, ਚੰਗੇ ਗੁਣਾਂ ਨੇ ਜੀਵੀਏ ਤੇ ਅਣਖ ਵਿੱਚ ਰਹਿੰਦੇ ਹਾਂ। ਪਰ ਜਦੋਂ ਸਾਨੂੰ ਕੋਈ ਸਾਡੇ ਚੰਗੇ ਗੁਣਾਂ ਦਾ ਕ੍ਰਿਟੀਸਿਜ਼ਮ ਕਰਦਾ ਹੈ ਨਾ, ਜਦੋਂ ਡੀਵੈਲਿਊ ਕਰਦਾ ਹੈ, ਤਾਂ ਅਸੀਂ ਆਪਣਾ ਚੰਗੇ ਗੁਣਾਂ ਦਾ ਪੱਲਾ ਛੱਡ ਦਿੰਦੇ ਹਾਂ, ਮਾਨੋ ਸੰਤ ਸ਼ਰਨ ਛੋੜ, ਤਾਂ ਸੰਤ ਨਿੰਦਕ ਹੋ ਗਏ। ਸੰਤ ਸ਼ਰਨ ਮੀਨਸ ਚੰਗੇ ਗੁਣ ਨਹੀਂ ਛੱਡਣੇ। ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਇੱਥੇ ਮੈਨੂੰ ਸੁਰਜੀਤ ਪਾਤਰ ਜੀ ਦੀ ਕਵਿਤਾ ਯਾਦ ਆਈ ਹੈ। ਪਾਤਰ ਜੀ ਦੀ ਕਵਿਤਾ ਸੀ, ਜਗਾ ਦੇ ਮੋਮਬੱਤੀਆਂ ਉੱਠ, ਜਗਾ ਦੇ ਮੋਮਬੱਤੀਆਂ, ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ, ਪੌਣਾ ਕੁਪੱਤੀਆਂ, ਤੂੰ ਜਗਾ ਦੇ ਮੋਮਬੱਤੀਆਂ ਉੱਠ, ਜਗਾ ਦੇ ਮੋਮਬੱਤੀਆਂ। ਇਹਦੇ ਪਾਤਰ ਜੀ ਨੇ ਅਖੀਰ ਤੇ ਦੋ ਬੜੇ ਵਧੀਆ ਸਟੈਂਜੇ ਵਿੱਚ ਮੈਸੇਜ ਦਿੱਤੇ ਨੇ, ਜਿਹੜੇ ਪੂਰੀ ਕਵਿਤਾ ਦੇ ਬਦਲੇ ਮੈਂ ਆਖਰੀ ਦੋ ਸਟੈਂਜੇ ਰੱਖਦਾ ਤੁਹਾਡੇ ਸਾਹਮਣੇ। ਇੱਕ ਇੱਕ ਜਗ੍ਹਾ ਕਹਿੰਦੇ ਨੇ ਉਸ ਚ, ਪੌਣ ਵਿੱਚ ਨਿੱਤ ਵੱਧ ਰਹੀ ਵਿਸ਼ ਤੋਂ ਨਾ ਡਰਦੇ, ਬਿਰਖ ਬੂਟੇ ਰੋਜ਼ ਆਪਣਾ ਕੰਮ ਕਰਦੇ, ਜ਼ਹਿਰ ਨੂੰ ਅੰਮ੍ਰਿਤ ਚ ਬਦਲੀ ਜਾਣ ਪੱਤੀਆਂ, ਜਗਾ ਦੇ ਮੋਮਬੱਤੀਆਂ।
ਹੁਣ ਅਸੀਂ ਦੇਖਦੇ ਹਾਂ, ਅਸੀਂ ਕਹਿ ਦਿੰਦੇ ਹਾਂ ਉਹ ਜੀ ਸ਼ਰਾਬ ਛੋੜਨੀ ਮੈਨੇ, ਉਹ ਦੁਨੀਆ ਕੌਣ ਜਿੰਦਾ ਜੀ ਨਮਰਤਾ ਨਾਲ ਮਿੱਠਾ ਬੋਲ ਕੇ, ਲੋਕੀ ਸਿਰ ਤੇ ਚੜ ਜਾਣਗੇ, ਲੋਕਾਂ ਵਾਂਗੂ ਜੀਣਾ ਚਾਹੀਦਾ, ਜ਼ਮਾਨੇ ਸਾਸ ਹੋਣਾ ਚਾਹੀਦਾ, ਨਮਰਤਾ ਛੋੜ ਦਿੱਤੀ, ਹੰਕਾਰੀ ਵੀ ਹੋ ਗਏ, ਅਣਖ ਵੀ ਝੂਠੀ ਲੈ ਲਈ। ਤਾਂ ਪਾਤਰ ਜੀ ਪਤਾ ਅਖੀਰ ਚ ਕੀ ਕਹਿੰਦੇ ਨੇ, ਵਾਵ ਰੋਲੇ ਉੱਠਦੇ ਰਹਿੰਦੇ ਨੇ ਤੱਤੇ, ਵਾਵ ਰੋਲੇ ਉੱਠਦੇ ਹੀ ਰਹਿਣੇ ਨੇ ਤੱਤੇ, ਪਤਝੜਾਂ ਨੇ ਝਾੜ ਦੇਣੇ ਆ ਕੇ ਪੱਤੇ, ਪਤਝੜਾਂ ਨੇ ਝਾੜ ਦੇਣੇ ਆ ਕੇ ਪੱਤੇ। ਪਰ ਇਸ ਦਾ ਮਤਲਬ ਇਹ ਨਹੀਂ ਪੁੰਗਰਨ ਨਾ ਪੱਤੀਆਂ, ਪਰ ਇਸ ਦਾ ਮਤਲਬ ਇਹ ਨਹੀਂ ਪੁੰਗਰਨ ਨਾ ਪੱਤੀਆਂ, ਜਗਾ ਦੇ ਮੋਮਬੱਤੀਆਂ ਉੱਠ, ਜਗਾ ਦੇ ਮੋਮਬੱਤੀਆਂ, ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਪੌਣਾ ਕੁਪੱਤੀਆਂ, ਤੂੰ ਜਗਾ ਦੇ। ਇਹੀ ਤੇ ਹੈ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ, ਇਹ ਪੜਨ ਵਾਸਤੇ ਨਹੀਂ ਹੈ, ਇਹ ਸਿਰਫ ਗਾਣ ਵਾਸਤੇ ਨਹੀਂ ਹੈ ਡਾਕਟਰ ਸਾਹਿਬ, ਇਹ ਨਮਰਤਾ ਦੇ ਅਣਖ ਦੇ ਰੱਬੀ ਅਮੁੱਲ ਗੁਣਾਂ ਦੇ ਵਪਾਰ ਨੂੰ ਕਰਨ ਦਾ ਬੜਾ ਕੀਮਤੀ ਢੰਗ ਹੈ। ਇਹਦੇ ਨਾਲ ਹੰਕਾਰ ਦਾ ਸਿਰ ਕੱਟ ਜਾਂਦਾ ਹੈ, ਗੁਰੂ ਨਾਲ ਇਕਮਿਕਤਾ ਪ੍ਰਾਪਤ ਹੁੰਦੀ ਹੈ, ਔਰ ਸਾਨੂੰ ਗੁਰਸਾਗਰ ਰਤਨੀ ਪਰਪੂਰੇ ਦੇ ਹੱਥ ਹੋਇਆ ਸਗਾ ਦਾ ਸਮੁੰਦਰ ਪ੍ਰਾਪਤ ਹੁੰਦਾ ਹੈ। ਤਾਂ ਅਸੀਂ ਨਮਰਤਾ ਚ ਹੁੰਦੇ ਹਾਂ, ਇਹਨੂੰ ਜੋਧ ਮਹਾਬਲ ਸੂਰ ਕਹਿੰਦੇ ਨੇ, ਇਹਨੂੰ ਸੂਰਮਾ ਕਹਿੰਦੇ ਨੇ, ਜੋ ਆਪਣੀ ਮਨ ਕੀ ਮਤ ਦਾ ਹਉਮੈ ਦਾ ਈਗੋ ਦਾ ਸਿਰ ਪੁਰਜਾ ਪੁਰਜਾ ਕਰਕੇ ਰੱਖ ਦਿੰਦਾ ਹੈ। ਤੁਹਾਡਾ ਟੌਪਿਕ ਔਰ ਇੱਕ ਪਾਸੇ ਪੰਥ ਮਨਾ ਰਿਹਾ ਵਿਸਾਖੀ, ਇਹ ਅੱਜ ਦੇ ਟੌਪਿਕ ਨਾਲ ਮੇਲ ਖਾ ਗਿਆ, ਇਹ ਬਾਈ ਚਾਂਸ ਮੇਲ ਖਾ ਗਿਆ, ਪਰ ਅਸੀਂ ਤੇ ਵਿਸਾਖੀ 12 ਮਹੀਨੇ ਹਰ ਪਲ ਮਨਾਉਣੀ ਹੈ, ਤਾਂ ਕਿ ਮੈਂ ਆਪਣਾ ਸਿਰ ਤਲੀ ਤੇ ਰੱਖ ਕੇ ਈਗੋ ਦਾ ਸਿੱਖਾਂ, ਇਹ ਵਾਲਾ ਸਿਰ ਕਦੋਂ ਸਿੱਖਾਂਗਾ ਜਿਹਦੇ ਚ ਮੈਨੂੰ ਨਮਰਤਾ ਆ ਜਾਏ ਔਰ ਜਿਹਦੇ ਵਿੱਚ ਮੈਨੂੰ ਅਣਖ ਪ੍ਰਾਪਤ ਹੋ ਜਾਏ। ਥੈਂਕ ਯੂ। ਥੈਂਕ ਯੂ ਵੀਰ ਜੀ, ਬਹੁਤ ਵਧੀਆ ਤਰੀਕੇ ਨਾਲ ਦੱਸਿਆ ਤੁਸੀਂ ਸਾਰੀ ਗੱਲ, ਤੇ ਅੱਜ ਵਿਸਾਖੀ ਵੀ ਹੈ, ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਵੀ ਹੈ, ਅਸੀਂ ਇੱਥੇ ਮਨਾਇਆ, ਜਿਹੜਾ ਅਸਲੀ ਗੁਰਪੁਰਬ ਹੈ ਉਹ ਅੱਜ ਹੀ ਬਾਈ ਬਣਦਾ ਹੈ। ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਵਿਸਾਖੀ ਦੀਆਂ ਵੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਵੀ। ਵੀਰ ਜੀ ਨੇ ਬੜੀਆਂ 2-3 ਗੱਲਾਂ ਜਿਹੜੀਆਂ ਮੇਰੇ ਮਨ ਨੂੰ ਬੜੀਆਂ ਲੱਗੀਆਂ ਕਿ ਅਸੀਂ ਇਹ ਜਿਹੜਾ ਸਾਈਕਲ ਹੈ ਇਹ ਆਪਣੇ ਆਪ ਵਿੱਚ ਹੀ ਸਰਕਲ, ਆਪਣਾ ਇੱਕ ਵਿਸ਼ੇਸ਼ ਸਰਕਲ ਬਣਾ ਕੇ ਬੈਠੇ ਹੋਏ ਹਾਂ, ਆਪਣੇ ਮਨ ਵਿੱਚ ਹੀ ਬਣਾ ਕੇ ਬੈਠੇ ਹੋਏ ਹਾਂ। ਤੇ ਜੇ ਦੂਜੀ ਚੀਜ਼ ਇਹ ਹੈ ਕਿ ਜੇ ਵਨਨੈਸ ਤੇ ਇਕਵੈਲਿਟੀ ਸਾਰਿਆਂ ਲੈਵਲ ਤੇ ਸੋਚ ਲਈਏ ਤੇ ਫਿਰ ਕਈ ਚੀਜ਼ਾਂ ਆਟੋਮੈਟਿਕਲੀ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ। ਉਸ ਲੈਵਲ ਤੱਕ ਸਾਨੂੰ ਪਹੁੰਚਣਾ ਹੈ ਤੇ ਉਸ ਲੈਵਲ ਤੇ ਜੇ ਅਸੀਂ ਚਲੇ ਜਾਈਏ ਤਾਂ ਦੈਟ ਇਜ਼ ਦੀ ਬੈਸਟ, ਔਰ ਉਹਦੇ ਨਾਲ ਸਾਡਾ ਸਮਾਜਿਕ ਵੀ, ਸਪਿਰਚੁਅਲ ਵੀ, ਹੋਰ ਵੀ ਜੀਵਨ ਸਾਰਾ ਠੀਕ ਹੋ ਸਕਦਾ। ਨਾਓ ਵੀ ਓਪਨ ਅਪ ਫਾਰ ਕੁਐਸਚਨ ਐਂਡ ਆਨਸਰ।